ਧੰਨ ਧੰਨ ਰਾਜਾ ਸਾਹਿਬ ਜੀ ਦੇ ਗੱਦੀ ਦੇ ਵਾਰਿਸ ਪ੍ਰੀਤਮ ਦਾਸ ਜੀ ਦੀ ਚਲਾਈ ਪਰੰਪਰਾ ਅਨੁਸਾਰ ਸੋ ਜਿੱਥੇ ਪੰਜਾਬ ਦੇ ਚੋਟੀ ਦੇ ਮੱਲ ਪੁੱਜੇ ਹੈ ਉੱਥੇ ਉਸ ਤੋਂ ਪਹਿਲਾਂ ਹੁਣ ਹਰ ਬਿਰਵਾ ਕੇ ਚਿਕਨੇ ਚਿਕਨੇ ਪਾਤ ਅਨੁਸਾਰ ਕਹਿੰਦੇ ਵੀ ਆ ਛੋਟੇ ਬੱਚੇ ਜਿਹੜੇ ਜਿਨ੍ਹਾਂ ਨੇ ਆਉਣ ਵਾਲੀ ਕਿਰਤ ਕਮਾਈ ਦੇ ਵਿੱਚ ਦਸਵੰਧ ਕੱਢੇ ਹੈ, ਜਥੇਦਾਰ ਰਣਜੀਤ ਸਿੰਘ ਜੀ ਜਿੰਗੜ, ਸਰਦਾਰ ਲੱਖਾ ਸਿੰਘ ਜੀ, ਸਰਦਾਰ ਬਲਵਿੰਦਰ ਸਿੰਘ ਜੀ ਜੋ ਆਪ ਕਬੱਡੀ ਦੇ ਮਹਾਨ ਖਿਡਾਰੀ, ਉਹ ਸਾਹਿਬ ਸੋਢੀ ਸਿੰਘ ਜੂਕੇ, ਬਹਾਦਰ ਸਿੰਘ ਜੀ ਸ਼ੇਰਗਿੱਲ, ਜਿਨ੍ਹਾਂ ਨੇ ਕਹਿੰਦੇ ਵੀ ਲਗਭਗ ਆਪ ਖੇਡ ਕਬੱਡੀ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੱਤੀ ਸੀ। ਉਹ ਤਾਂ ਕੁਲਵਿੰਦਰ ਸਿੰਘ ਕਨੇਡਾ, ਕੁਲਵੀਰ ਸਿੰਘ ਬਿੱਟੂ ਕਨੇਡਾ, ਰੋਹਿਤ ਸਿੰਘ ਕਨੇਡਾ, ਮੇਜਰ ਸਿੰਘ ਇਟਲੀ, ਜਗਿੰਦਰ ਜੀਤ ਸਿੰਘ ਜਿੰਦਾ, ਬਾਜਵਾ ਵਾਲੇ ਇੰਦਰਜੀਤ ਢਿੰਗੜਾ, ਬਹੁਤ ਵੱਡੀ ਜ਼ਿੰਮੇਵਾਰੀ ਨਾਲ ਹੀ ਵੱਡੀ ਜਾਣਕਾਰੀ ਦੇ ਕੇ ਗਏ ਹੈ। ਢਿੰਗੜਾ ਵੀ ਟੀਮ ਆ, ਸਜੇ ਪਾਸੇ ਸਾਧਪੁਰ ਦੀ ਟੀਮ ਹੈ, ਗੁਆਂਢੀ ਨਗਰ ਭਰੇ ਕਿਸੇ ਨੌਜਵਾਨ ਸੋਹਣੇ ਚਵਲੀਆਂ ਪਿਆ ਗਈ, ਆਣ ਬਣ ਗਏ ਰੇਲ ਬਹੁਤ ਹਨੇਰੀ ਸ਼ੁਰੂ ਹੋ ਗਈ, ਪੰਜਾਬੀ ਦੂਤ ਦੇ ਮੁਸਲੇ ਬਾਅਦ ਆ ਗਿਆ ਰੇਲ ਸਾਲਾਂ ਦਾ ਵੇਖੋ ਹੋਣ ਲੱਗਾ, ਪੰਜੇ ਸ਼ੇਰਾਂ ਦੇ ਵੇਖੋ ਆਉਣ ਲੱਗ ਗਏ। ਇਹ ਦੇਖੀਏ ਬਹੁਤ ਵਧੀਆ ਬਜ਼ਾਰਾਂ ਵੀ ਬੜਾ ਵਧੀਆ ਗਾਣ ਵੀ ਆਪਾਂ ਧੰਨਵਾਦ ਕਰਦੇ ਹਾਂ। ਨਾਮ ਲੈ ਢਿੰਗੜਾ ਦੀ ਟੀਮ ਕਿਤੇ ਸਰਦਾਰ
ਇੱਥੇ ਬੈਠੇ ਸਰਦਾਰ ਰਣਜੀਤ ਸਿੰਘ ਜੀ ਜਥੇਦਾਰ ਸਾਹਿਬ, ਇਹਨਾਂ ਦੀ ਬਹੁਤ ਵੱਡੀ ਜਿੰਮੇਵਾਰੀ ਇਲਾਕੇ ਦੇ ਵਿੱਚ ਹਿੰਦੂ ਪੰਡਿਤ ਜੀ ਹੋਣਾ ਦਾ, ਬਲਵਿੰਦਰ ਸਿੰਘ ਜੀ ਚੰਗੜ ਸਾਹਿਬ ਉਹਨਾਂ ਨੇ ਵੱਖ ਵੱਖ ਜਿਹੜੇ ਬੜੀ ਦੁਨੀਆਂ ਦੇ ਵਿੱਚ ਨਾਮ ਨਾਲ ਜਿਹੜਾ ਦਿੱਤਾ, ਅਸੀਂ ਸਾਰੇ ਪਰਿਵਾਰਾਂ ਦਾ ਦਿਲੋਂ ਧੰਨਵਾਦ ਆਖਦੇ ਜਿਹੜੀ ਸਟੇਜ 'ਤੇ ਬੈਠੀ ਹੋਈ ਕਿੰਨੀ ਕਿੰਨੀ ਸ਼ਖਸੀਅਤ ਆ। ਜਗ੍ਹਾ ਕਾਈਨੌਰ ਵਾਲਾ ਜਿਸ ਭਰਾ ਨੇ ਕਹਿੰਦੇ ਜਾਣਕਾਰੀ ਦਿੱਤੀ ਹੈ ਵੀ ਕਬੱਡੀ ਦੇ ਮੈਚ ਤੋਂ ਬਾਅਦ ਜਿਹੜੀਆਂ ਕੁਸ਼ਤੀਆਂ ਹੋਣਗੀਆਂ ਉਹ ਸਾਰੇ ਪਹਿਲਵਾਨ ਵੀ ਧਿਆਨ ਦੇਣ। ਸੀ ਅਤੇ ਬੀ ਦੀਆਂ ਜਿਹੜੀਆਂ ਕੁਸ਼ਤੀਆਂ ਕੱਲ੍ਹ ਹੋ ਚੁੱਕੀਆਂ ਨੇ, ਅੱਜ ਏ ਕਲਾਸ ਤੋਂ ਲੈ ਕੇ ਜਿੰਨੀਆਂ ਵੀ ਕੁਸ਼ਤੀਆਂ ਸਾਰੀਆਂ ਬਣੀਆਂ ਨੇ। ਜੇ ਕੋਈ ਮੇਰਾ ਵੀਰ ਬਗੈਰ ਸੱਦੇ ਤੋਂ ਅੱਜ ਦੇ ਸ਼ਿੰਗ ਮੇਲੇ 'ਚ ਪੁੱਜਿਆ, ਇਹ ਪ੍ਰਬੰਧਕਾਂ ਵੱਲੋਂ ਬੇਨਤੀ ਹੋਵੇ ਤੁਸੀਂ ਜਾਣਾ ਚਾਹੁੰਦੇ ਹੋ ਜਾ ਸਕਦੇ ਹੋ, ਕਿਉਂਕਿ ਕੁਸ਼ਤੀਆਂ ਸਾਰੀਆਂ ਨਿਯੋਗ ਦੇ ਦਿੱਤੀਆਂ ਹੋਈਆਂ ਨੇ ਸਾਡੇ ਨਗਰ ਦੀਆਂ ਸ਼ਸ਼ੀਤਾਂ ਦੇ ਵਾਲੇ। ਸਾਡੇ ਨੇ ਵੀ ਬਹੁਤ ਵੱਡਾ ਜਿਹੜਾ ਯੋਗਦਾਨ ਪੁੱਜਿਆ ਹੋਇਆ, ਮਨਪ੍ਰੀਤ ਜਗਪੁਰੀਆ ਪੁੱਜਿਆ ਸਾਡਾ ਭਰਾ, ਬਹੁਤ ਵੱਡਾ ਬੁਲਾਰਾ, ਮੇਰੇ ਤੋਂ ਪਹਿਲਾਂ ਰਜਿੰਦਰ ਸਿੰਘ ਜੀ ਕੋਮਨ ਸਾਹਿਬ, ਅਜਿੰਕਾ ਜੀ ਮੌਤ ਸਾਹਿਬ ਜਿਹਨਾਂ ਨੇ ਜ਼ਿੰਮੇਵਾਰੀਆਂ ਨਿਭਾਈਆਂ ਨੇ। ਆਪ ਕਬੱਡੀ ਦੇ ਨਾਲ ਜੁੜੀਏ ਅਤੇ ਕਬੱਡੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੀਏ। ਇਧਰਲੇ ਪਾਸੇ ਗੱਭਰੂ ਜੀ ਕਬੱਡੀ ਪਈ, ਦੂਸਰੇ ਪਾਸੇ ਆਹ ਸਿੱਖ ਸਰਦਾਰ ਕਪੂਰ ਛੋਟੀ ਉਮਰ ਦਾ ਖਿਡਾਰੀ ਹੋਵੇ, ਆਹ ਬੱਲੇ ਬੱਲੇ ਕਰਵਾ ਕੇ ਜਿਹਨੇ ਹੁਣ ਤਗੜਾ ਕੇ ਜੋੜ ਦਿੱਤਾ, ਐਨ ਸਿਰੇ ਦੇ ਖਿਡਾਰੀ ਜਿਹੜੇ ਖੇਡ ਰਹੇ ਆ, ਐਨ ਸਿਰੇ ਦੇ ਮੈਚ ਦੀ ਗੱਲ। ਇਧਰ ਸਾਹਾ ਸਾਡਾ ਭਰਾ ਵੱਲੋਂ ਵੀ ਜਿਹੜਾ ਪੁੱਜਿਆ ਹੋਇਆ, ਇਸ ਭਰਾ ਦੀ ਅੱਜ ਦੇ ਸ਼ਿੰਗ ਮੇਲੇ 'ਚ ਵੱਡੀ ਜ਼ਿੰਮੇਵਾਰੀ ਹੈ। ਇਲਾਕੇ ਦੇ ਵਿੱਚ ਕਹਿੰਦੇ ਵੱਡੇ ਸਹਿਯੋਗ ਕਰਦੇ ਸਾਡੇ ਭਰਾਵਾਂ ਦੇ ਸਾਹਮਣੇ, ਕਹਿੰਦੇ ਜੱਸੇ ਦੀ ਕਬੱਡੀ ਪੈ ਗਈ, ਛੋਟੀ ਉਮਰ ਦਾ ਖਿਡਾਰੀ ਹੈ, ਨਾਲ ਝਗੜਾ ਦੀ ਟੀਮ ਨੇ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ, ਕਹਿੰਦੇ ਸ਼ਿੰਗੀ ਵਰਗਾ ਸਰੀਰ ਬੰਨ ਵਧੀਆ ਕਬੱਡੀ ਪਾਉਂਦੇ ਨੇ। ਜਿਹੜਾ ਕਬੱਡੀ ਦਾ ਮੈਚਾਂ ਦੀ ਇੱਥੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸ ਕਲੱਬ ਦੇ ਵਿੱਚੋਂ, ਇਟਲੀ ਦੇ ਵਿੱਚ ਬੈਠਾ ਸਾਡਾ ਵੀਰ, ਉਸ ਭਰਾ ਦੇ ਵੱਲੋਂ ਜਿਹੜੀ ਖੁਰਾਕ ਭੇਜੀ ਜਾਂਦੀ ਹੈ ਉਹਨਾਂ ਦੇ ਵਾਲਾ ਨਾਮ ਕਮਲ ਰਾਜਾ ਸਾਹਿਬ ਦੀ ਬੜੀ ਕਿਰਪਾ ਹੈ। ਅੱਜ ਝਗੜਾ ਦੀ ਧਰਤੀ ਜਿੱਥੇ ਦੁਨੀਆਂ ਦੇ ਵੱਡੇ ਮੈਚ ਖੇਡੇ ਜਾ ਰਹੇ ਹੈ, ਅੰਸ਼ ਜੀ ਕਹਿੰਦੇ ਕਬੱਡੀ ਪੈ ਗਈ ਦੇ ਸਾਹਮਣੇ ਤਿੰਨ ਜਾਫੀ ਨੇ, ਆਹ ਸਾਹਮਣੇ ਦੇਖਾਂਗੇ ਵੱਡੀ ਕੋਸ਼ਿਸ਼। ਇਲਾਕੇ ਦੇ ਖਿਡਾਰੀਆਂ ਦੇ ਵਿੱਚ ਵੱਡਾ ਨਾਮ ਨਾਲ ਲੱਲ ਫਿਲਮ ਪ੍ਰੋਡਕਸ਼ਨ ਦਾ ਵੱਡਾ ਧੰਨਵਾਦ ਹੈ, ਜਿਹੜੇ ਅੱਜ ਦੇ ਇਸ ਮੇਲੇ ਨੂੰ ਕਵਰਿੰਗ ਕਰ ਰਹੇ ਆ, ਬਹੁਤ ਬਹੁਤ ਧੰਨਵਾਦ ਹੈ। ਆਹ ਸਾਹਮਣੇ ਦੇਖਾਂਗੇ ਅਗਲੀ ਕਬੱਡੀ ਪਾਉਣ ਦੇ ਫਿਰ ਬਹੁਤ ਬਹੁਤ ਧੰਨਵਾਦ ਸਾਡੇ ਗੱਲ ਫਿਲਮ ਪ੍ਰੋਡਕਸ਼ਨ ਅਤੇ ਜਸ ਬਾੜੋਵਾਲ ਜਿਹਨਾਂ ਦੇ ਵੱਲੋਂ ਅੱਜ ਦਾ ਛੇ ਵਜੇ ਪੂਰੀ ਦੁਨੀਆਂ ਦੇ ਵਿੱਚ ਲਾਈਵ ਹੈ ਅਤੇ ਅੱਜ ਦਾ ਇੱਕ ਕਬੱਡੀ ਦਾ ਮੈਚ। ਸਾਹਮਣੇ ਦੇਖਾਂਗੇ ਛੋਟੀ ਉਮਰ ਦਾ ਖਿਡਾਰੀ, ਅੱਜ ਚੱਲਦੀਆਂ ਵਾਹਾਂ ਮਰਸੜੀ ਦੇ ਵਾਹ ਪਰਵਾਰ, ਇਹ ਪੁਆਇੰਟ ਕਹਿੰਦੇ ਸਾਹਮਣੇ ਦੇਖਾਂਗੇ ਜਾਫੀ ਦੇ, ਦੁਨੀਆਂ ਦੇ ਮਹਾਰਤੀ ਇਸ ਮਾਲਕ ਨੇ ਇਸ ਨਗਰ ਦੇ ਵਿੱਚ ਦਿੱਤੇ ਆ, ਅਤੇ ਛੋਟੀ ਉਮਰ ਦੇ ਖਿਡਾਰੀ ਵੀ ਅੱਜ ਕਹਿੰਦੇ ਵੱਡੇ ਬਣੇ ਆ, ਜਿਹਨਾਂ ਦੇ ਦਰਮਿਆਨ ਇਹ ਮੈਚ ਖੇਡਿਆ ਜਾ ਰਿਹਾ। ਇੱਕ ਕੰਨੀ ਤੋਂ ਵੱਡੀ ਕੋਸ਼ਿਸ਼ ਕੀਤੀ ਖਿਡਾਰੀ ਨੇ, ਹੱਥਾਂ ਦੇ ਵਿੱਚੋਂ ਨਿਕਲ ਲੱਗਦੇ, ਬਾਣੇ ਵੀ ਢੋਲੀ ਪੁੱਜੇ ਆ, ਉਹਨਾਂ ਭਰਾਵਾਂ ਦਾ ਧੰਨਵਾਦ ਹੈ, ਲਾਈਵ ਵਾਲੇ ਭਰਾਵਾਂ ਦਾ, ਸਾਊਂਡ ਵਾਲੇ ਭਰਾਵਾਂ ਦਾ, ਜਿੰਨੇ ਵੀ ਸਟੇਜ ਤੇ ਸੇਵਾ ਸਾਰੇ ਭਰਾਵਾਂ ਦਾ ਦਿਲੋਂ ਸਤਿਕਾਰ। ਹਾਂਜੀ ਪਲੇਅਰਾਂ ਨੂੰ ਇੱਕ ਵਾਰੀ ਸੱਦੋ, ਸਾਰੇ ਆਪਣੇ ਜਗ੍ਹਾ ਤੇ ਆਓ ਕੇ ਬੈਠ ਰਹਿਣ। ਪਹਿਲਵਾਨ ਭਰਾਵਾਂ ਨੂੰ ਬੇਨਤੀ ਆ ਵੀ ਜਿਹਨਾਂ ਨੂੰ ਇਨਵਾਈਟਡ ਕੀਤਾ ਗਿਆ, ਸੱਦਾ ਪੱਤਰ ਦਿੱਤਾ ਗਿਆ, ਮਿਹਰਬਾਨੀ ਕਰਕੇ ਅਖਾੜੇ ਦੇ ਵਿੱਚ ਬੈਠੀਏ ਜੀ, ਆਪਾਂ ਆ ਕੇ ਕਾਰ ਦਿੱਤੇ ਜਾ ਰਹੇ ਆ, ਬਾਅਦ ਦੇ ਵਿੱਚ ਮੇਰਾ ਵੀ ਕੋਈ ਇਤਰਾਜ਼ ਨਾ ਕਰੇ। ਸਾਡੇ ਬਲਵਿੰਦਰ ਸਿੰਘ ਜੀ ਝੱਕੜ ਸਾਹਿਬ ਜਿਹਨਾਂ ਨੇ ਵੱਖ ਵੱਖ ਨਗਰਾਂ ਦੇ ਵਿੱਚ ਜਾ ਕੇ ਇਸ ਨਗਰ ਦੀ ਵੱਡੀ ਜ਼ਿੰਮੇਵਾਰੀ ਨਿਭਾਈ ਹੈ, ਉਹਨਾਂ ਦੇ ਵੱਲੋਂ ਬੇਨਤੀ ਹੈ ਵੀ ਜਿਹਨਾਂ ਮੱਲਾਂ ਨੂੰ ਸੱਦਾ ਪੱਤਰ ਦਿੱਤਾ ਗਿਆ, ਮਿਹਰਬਾਨੀ ਕਰਕੇ ਅਖਾੜਾ ਪਾਸੇ ਦੇ ਵਿੱਚ ਬੈਠੀਏ ਜੀ, ਆ ਕੇ ਆਪਾਂ ਜਿੰਨੇ ਵੀ ਪਹਿਲਵਾਨ ਭਰਾਵੇ ਜਿਹੜੀਆਂ ਦੋਨੇ ਟੀਮਾਂ ਭਾਰ ਰੱਖੀਆਂ ਨੇ, ਛੋਟੀ ਉਮਰ ਦੇ ਬੱਚੇ ਆ ਇੱਕ ਪਾਸੇ, ਸਾਡੇ ਸਾਧਪੁਰ ਦੀ ਟੀਮ ਜਿਹੜੀ ਖੇਡ ਰਹੀ ਹੈ, ਦੂਸਰੇ ਪਾਸੇ ਝਗੜਾ ਦੀ ਟੀਮ ਖੇਡ ਰਹੀ ਹੈ, ਇਲਾਕੇ ਦੇ ਬੱਚੇ ਨੇ, ਦੋਨਾਂ ਟੀਮਾਂ ਦੇ ਦਰਮਿਆਨ ਪੂਰਾ ਯੁੱਧ ਚੱਲ ਰਿਹਾ, ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਹੈ। ਜ਼ਿਆਦਾ ਜ਼ੋਰ ਲਾਉਣਾ ਪੈਣਾ ਹੈ, ਤੁਹਾਡੀ ਰਾਸ਼ੀ ਦਾ ਜਿਹੜਾ ਮੁੱਲ ਪਾਉਣਾ ਪੈਣਾ ਹੈ, ਤਾਂ ਦੂਸਰੇ ਪਾਸੇ ਟੀਮ
ਕਹਿੰਦੇ ਸਾਧਪੁਰ ਦੀ ਟੀਮ ਵੱਲੋਂ ਕਬੱਡੀ ਦੀ ਕਬੱਡੀ ਦੇ ਉਧਰਲੇ ਪਾਸੇ ਦੋਨੇ ਰੱਤਾਂ ਕਵਰ ਕੀਤੀਆਂ ਨੇ ਤੇ ਪੰਜ ਕਹਿੰਦੇ ਝਗੜਾ ਦੀ ਟੀਮ ਦੇ ਇੱਕ ਨੰਬਰ ਦਾ ਵਾਧਾ ਹੁੰਦਾ ਹੋਇਆ ਕਹਿੰਦੇ ਪਗੜਾ ਵੀ ਜੋੜ ਦਿੱਤਾ ਆਪਣੀ ਟੀਮ ਦੇ ਲਈ। ਅਗਲੀ ਕਬੱਡੀ ਪਾਉਣ ਲਈ ਸਾਹਮਣੇ ਦੇਖਾਂਗੇ ਚਾਰ ਖਿਡਾਰੀਆਂ ਦੇ ਉੱਪਰ ਜੱਸਾ ਬਣਿਆ ਹੋਇਆ ਸਾਹਮਣੇ ਚਾਰ ਖਿਡਾਰੀ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਗੱਲਾਂ ਗੱਲਾਂ ਸਮਝਦੀ ਹੈ ਔਰ ਬੇਨਤੀ ਹੈ ਜਿਹੜੇ ਪਹਿਲਵਾਨ ਭਰਾਵਾਂ ਨੂੰ ਸੱਦਾ ਪੁੱਤਰ ਦਿੱਤਾ ਗਿਆ ਮਿਹਰਬਾਨੀ ਹੋ ਤੇ 5000 ਇਸ ਪਿੰਡ ਦੀ ਟੀਮ ਨੂੰ ਕਾਲ ਸਿੰਘ ਜੂਕੇ ਕਬੱਡੀ ਫੈਡਰੇਸ਼ਨ ਦੇ ਸੈਕਟਰੀ 5000 ਰੁਪਏ ਉਹਨਾਂ ਵੱਲੋਂ ਵੀ ਪਿੰਡ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਸਰਦਾਰ ਬਹਾਦਰ ਸਿੰਘ ਜੀ ਸ਼ੇਰਗਿੱਲ ਉਹਨਾਂ ਦੇ ਵੱਲੋਂ ਵੀ ਮਾਮਲਾ ਜਦੋਂ ਇੰਗਲੈਂਡ ਕਬੱਡੀ ਫੈਡਰੇਸ਼ਨ ਦੀ ਗੱਲ ਹੁੰਦੀ ਚਾਹੇ ਖਟਕੜਾਂ ਦਾ ਕਬੱਡੀ ਕੱਪ ਹੋਵੇ ਚਾਹੇ ਆਨੰਦਪੁਰ ਸਾਹਿਬ ਦਾ ਕਬੱਡੀ ਕੱਪ ਹੋਵੇ ਉਹਦੇ ਵਿੱਚ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ। ਧੰਨਵਾਦ ਕੀਤਾ ਜਾ ਰਿਹਾ ਇਹਨਾਂ ਸਾਰੀਆਂ ਸਰਕਾਰਪੁਰ ਸ਼ਖਸੀਅਤਾਂ ਦਾ ਜਿਹਨਾਂ ਵੱਲੋਂ ਬਹੁਤ ਵੱਡੇ ਪਰਾਦੇ ਆ ਪਰ ਇਧਰਲੇ ਪਾਸੇ ਇਹਨਾਂ ਬੱਚਿਆਂ ਦੇ ਦਰਮਿਆਨ ਜਿਹੜਾ ਮੈਚ ਖੇਡਿਆ ਜਾ ਰਿਹਾ ਛੋਟੀ ਛੋਟੀ ਉਮਰ ਦੇ ਖਿਡਾਰੀ ਇੱਕ ਪਾਸੇ ਟੀਮ ਜਿਹੜੀ ਸਾਧਪੁਰ ਦੀ ਹੈ ਦੂਸਰੇ ਪਾਸੇ ਟੀਮ ਜਿਹੜੀ ਝਿੰਗੜਾਂ ਦੀ ਹੈ ਇਹਦੇ ਵਿੱਚ ਵੱਡੀ ਰੌਣਕ ਲੱਗੀ ਹੋਈ। ਹਾਂਜੀ ਮੁੱਖ ਸੇਵਾਦਾਰ ਮੰਗਾ ਬਾਬਾ ਜੀ ਸਮਾਧਾ ਵਾਲਿਆਂ ਵੱਲੋਂ ਠੰਡੇ ਮਿੱਠੇ ਜਲ ਦੀ ਛਵੀ ਲਗਾਈ ਗਈ ਆ। ਸੰਗਤ ਨੂੰ ਬੇਨਤੀ ਹੈ ਕਿ ਉਹ ਆਪਣਾ ਜਿੰਨਾ ਲੋੜ ਮੁਤਾਬਕ ਚਾਹੇ। ਬਹੁਤ ਬਹੁਤ ਧੰਨਵਾਦ ਸਾਡੇ ਮੰਗਾ ਬਾਬਾ ਜੀ ਸਮਾਧਾ ਵਾਲੇ ਜਿਹਨਾਂ ਦੇ ਵੱਲੋਂ ਠੰਡੇ ਮਿੱਠੇ ਜਲ ਦੀ ਛਵੀਲ ਹੈ। ਜਿੰਨੀ ਵੀ ਸੰਗਤ ਕੋਈ ਜੀ ਜਾ ਰਹੀ ਜਦੋਂ ਮੇਨ ਗੇਟ ਤੋਂ ਤੁਸੀਂ ਅੰਦਰ ਨੂੰ ਐਂਟਰ ਕਰਦੇ ਹੋ ਨਾਲ ਬਿਲਕੁਲ ਛਵੀਲ ਜਿਹੜੀ ਲੱਗੀ ਹੋਈ ਹੈ ਸਾਰੇ ਭਰਾਵਾਂ ਨੂੰ ਬੇਨਤੀ ਆਪਾਂ ਜਲ ਜ਼ਰੂਰ ਛੱਡਣਾ ਪਰ ਨਾਲ ਦੀ ਨਾਲ ਆਪਾਂ ਅੱਜ ਦੇ ਸ਼ਿਵ ਮੇਲੇ ਦੇ ਨਾਲ ਜੁੜਨਾ ਦੁਨੀਆਂ ਦੇ ਮੰਨੇ ਪਰਮਣੇ ਖਿਡਾਰੀ ਜਿਹੜੇ ਇਸ ਲੱਗਣ ਨੂੰ ਵੱਡੇ ਮਾਣ ਤੇ ਸਤਿਕਾਰ ਦੇ ਕੇ ਗਏ ਉਹਨਾਂ ਦੀ ਫਿਰ ਜਿਹੜੀ ਜਲ ਨਾਲ ਜੁੜੇ ਹੋਏ ਹੈ ਸਰਦਾਰ ਸੁਖਵਿੰਦਰ ਸਿੰਘ ਜੀ ਕਾਲਾ ਫਿਰੋਜ਼ਪੁਰੀ ਹੈ ਜਿਹੜੀ ਜਿੰਮੇਵਾਰੀ ਬੜੀ ਲਵਾ ਰਹੀ ਤੇ ਪਾਸੇ ਸਿੱਖ ਸਰਦਾਰ ਗੱਭਰੂ ਆਹ ਪੁੱਠਾ ਜਿਹਾ ਨਾਮ ਮਾਰਿਆ ਤੇ ਮੁੰਡੇ ਤਕੜਾ ਨਹੀਂ ਜੁੜ ਦਿੱਤਾ ਇਸ ਵੇਲੇ ਝਿੰਗੜਾਂ ਦੀ ਟੀਮ ਦੇ ਲਈ ਸੱਦੇ ਪੱਤਰ ਵਾਲੇ ਮੱਲ ਨੇ ਉਸਤਾਦ ਨੇ ਉਹਨਾਂ ਨੂੰ ਬੇਨਤੀ ਹੈ ਵੀ ਵਿੱਚ ਆ ਕੇ ਬੈਠੋ ਕਾਰਡ ਦਿੱਤੇ ਜਾ ਰਹੇ ਉਸ ਤੋਂ ਬਾਅਦ ਆਪਾਂ ਕੁਸ਼ਤੀਆਂ ਦੇ ਨਾਲ ਜੁੜਨਾ ਹੈ। ਅੱਜ ਏ ਕਲਾਸ ਤੋਂ ਜਿਹੜੀ ਕੁਸ਼ਤੀਆਂ ਦੀ ਸ਼ੁਰੂਆਤ ਹੋਣੀ ਹੈ ਜਿੰਨੇ ਟਾਈਮ ਤੱਕ ਤੁਹਾਨੂੰ ਇਹ ਕਾਰਡ ਦਿੱਤੇ ਜਾ ਰਹੇ ਉਹਨਾਂ ਟਾਈਮ ਜੇ ਮੈਚ ਚੱਲੇਗਾ ਉਸ ਤੋਂ ਬਾਅਦ ਨਾਲੇ ਆਪਾਂ ਜਿਹੜੀਆਂ ਵੱਡੀਆਂ ਜ਼ਿੰਮੇਵਾਰੀਆਂ ਦੇ ਨਾਲ ਜੁੜਨਾ ਕਿਉਂਕਿ ਅੱਜ ਦਾ ਸ਼ਿਵ ਮੇਲਾ ਦੂਸ ਨਗਰ ਦੇ ਜਿਹਨਾਂ ਦੇ ਵੱਲੋਂ ਬਹੁਤ ਵੱਡਾ ਉਪਰਾਲਾ ਰਹਿੰਦਾ ਹੈ ਸਾਰੇ ਨਵੇਂ ਭਰਾਵਾਂ ਦਾ ਨਗਰ ਵਾਸੀਆਂ ਦੇ ਵੱਲੋਂ ਵੱਡੇ ਉਪਰਾਲੇ ਦੀ ਗੱਲ ਹੈ। ਔਰ ਛੋਟੀ ਜਿਹਾ ਮੈਚ ਖੇਡਿਆ ਜਾ ਰਿਹਾ ਛੋਟੇ ਛੋਟੇ ਬੱਚਿਆਂ ਦੇ ਦਰਮਿਆਨ ਆਉਣ ਵਾਲੇ ਸਮੇਂ ਦਾ ਭਵਿੱਖ ਹੈ ਆਹ ਦੇਖਾਂਗੇ ਖੁਸ਼ੀ ਦੂਜੇ ਪਾਸੇ ਝਿੰਗੜਾਂ ਵਾਲਾ ਐਨ ਕਹਿੰਦੇ ਬੜੇ ਬੜੇ ਕਰਵਾ ਗਿਆ ਲੱਖ ਨੂੰ ਚੰਪੜ ਦਾ ਹੋਇਆ ਆਪਣੀ ਟੀਮ ਦੇ ਇੱਕ ਨੰਬਰ ਦਾ ਵਾਧਾ ਕਰਾ ਹੋਇਆ ਐਨ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਬੱਚਿਆਂ ਦੇ ਦਰਮਿਆਨ ਬਹੁਤ ਬਹੁਤ ਧੰਨਵਾਦ ਸਾਰੀਆਂ ਸ਼ਸ਼ੀਕਾਂ ਦਾ ਜਾਮ ਨੂੰ ਬਹੁਤ ਵੱਡੇ ਕਰਾ ਰਹੇ ਆ ਆਈਏ ਆਪਾਂ ਬੈਠੀਏ ਜਿਹਨਾਂ ਨੂੰ ਸੱਦਾ ਪੱਤਰ ਦਿੱਤਾ ਗਿਆ ਕਿ ਆਪਾਂ ਕਾਰ ਜਿਹੜੇ ਲੈਣੀ ਉਸ ਤੋਂ ਬਾਅਦ ਕੁਸ਼ਤੀਆਂ ਦੇ ਨਾਲ ਜੁੜਨਾ ਪਰ ਇੱਧਰਲੇ ਪਾਸੇ ਆਹ ਬੜੇ ਬੜੇ ਕਰਾਉਣਾ ਸਾਧ ਹੋਏ ਹੈ ਐਨ ਕਹਿੰਦੇ ਬੜੇ ਬੜੇ ਕਰਵਾ ਲੈਂਦੀ ਮੁੰਡੇ ਨੇ ਤਕੜਾ ਵੀ ਜੋੜਨ ਦੀ ਕੋਸ਼ਿਸ਼ ਕਰਦਾ ਹੋਇਆ ਕੱਲ੍ਹ ਫਿਰ ਪ੍ਰੋਡਕਸ਼ਨ ਵਾਲੇ ਵੀ ਐਨ ਲਾਗੇ ਹੋ ਕੇ ਅੱਜ ਦੇ ਐਕਸ਼ਨ ਦਿਖਾ ਰਿਹਾ ਮਨਪ੍ਰੀਤ ਜਗਪੁਰੀਆ ਕਹਿੰਦੇ ਇਹਨਾਂ ਮੁੰਡਿਆਂ ਨੂੰ ਬੜੀ ਟ੍ਰੇਨਿੰਗ ਦਿੰਦਾ ਸਾਧਪੁਰ ਦੀ ਕਰਦੀ ਦੇ ਵਿੱਚ ਕਾਲਾ ਫਿਰੋਜ਼ਪੁਰੀਆ ਬੜੀ ਮਿਹਨਤ ਕਰਵਾਉਂਦਾ ਬਹੁਤ ਬਹੁਤ ਧੰਨਵਾਦ ਇਹਨਾਂ ਸਾਰੇ ਭਰਾਵਾਂ ਦਾ ਜਿਹੜੇ ਕਬੱਡੀ ਆਪਾਂ ਲਵਾਂਗੇ ਇੱਕ 100 ਰੁਪਏ ਦੇ ਸਹਿਯੋਗ ਮੇਰੇ ਕੋਲ ਮੁੱਲ ਗਏ ਆ ਰਾਜ ਆਪਾਂ ਦਾ ਇੱਕ 100 ਰੁਪਏ ਦਾ ਵੱਡਾ ਮਾਣ ਤੇ ਸਤਿਕਾਰ ਜਿਹੜਾ ਤੂੰ ਹਾਸਲ ਕਰਨਾ ਲਓ ਸਾਹਮਣੇ ਦੇਖਾਂਗੇ ਵੱਡੀ ਕੋਸ਼ਿਸ਼ ਹੈ ਹਰਮਨ ਜੱਫਾ ਲਵੇਗਾ ਉਹਦੇ ਲਈ ਵੀ 100 ਰੁਪਏ ਜਿਹੜਾ ਮੇਰੇ ਕੋਲ ਪੁੱਜ ਗਿਆ
ਕਦੀ ਦਿੱਲੀ ਪਾਸੇ ਸਾਰਾ ਟੱਪ ਟੁੱਟ ਕੇ ਪੈ ਗਿਆ ਪਰ ਕੋਸ਼ਿਸ਼ ਵੱਡੀ ਦਾ ਹਰ ਵਾਰ ਵੱਡੀ ਕੋਸ਼ਿਸ਼ ਕਰਦਾ ਹੋਇਆ ਤੇ ਸੁਖਵਿੰਦਰ ਸਿੰਘ ਜੀ ਦੱਸਣਗੇ ਵੀ ਪੁਆਇੰਟ ਜਿਹੜਾ ਹੋਇਆ ਔਰ ਦੂਸਰੇ ਪਾਸੇ ਸਾਧਪੁਰ ਦੀ ਟੀਮ ਦੇ ਵੱਲੋਂ ਗੱਭਰੂ ਦੀ ਮਹਿੰਗ ਵੱਡੀ ਤੇ ਨਾਲ ਹੀ ਦੇਖਾਂਗੇ ਜੱਫਾ ਲਾਉਣ ਦਾ ਵੱਡਾ ਯਤਨ ਹਰ ਵਾਰ ਕਰਦਾ ਹੋਇਆ ਹੈਲੋ 2021 ਤੋਂ ਇਹ ਕਬੱਡੀ ਨੂੰ ਸ਼ੁਰੂ ਕੀਤਾ ਗਿਆ ਸੀ ਅਤੇ ਜਿਹੜੇ ਪਿੰਡ ਲੈਵਲ ਦੇ ਬੰਦੇ ਮੁੰਡੇ ਖਿਲਾਉਂਦੇ ਜਿਹੜੇ ਬਾਹਰ ਦੇ ਆ ਉਹ ਇੱਧਰ ਉੱਧਰ ਪਾ ਕੇ ਸ਼ਾਇਦ ਇਹਨਾਂ ਨੂੰ ਕੋਈ ਹਰਾ ਦਿੰਦਾ ਹੋਵੇ ਪਰ ਇਸ ਵੇਲੇ ਹਰ ਟੂਰਨਾਮੈਂਟ ਪਿੰਡ ਪੱਧਰ 'ਤੇ ਜੇਤੂ ਹੁੰਦੇ ਨੇ ਝਗੜਾ ਬਹੁਤ ਵਧੀਆ ਪ੍ਰਦਰਸ਼ਨ ਉੱਧਰ ਦੇ ਨਾਲ ਦੀ ਨਾਲ ਜਿਹੜੇ ਬੱਚਿਆਂ ਨੂੰ ਰਾਸ਼ੀ ਵੱਡੀ ਦਿੱਤੀ ਜਾ ਰਹੀ ਹੈ ਸਟੇਜ ਬੈਠੇ ਸਾਡੇ ਗੁਰਵਿੰਦਰ ਸਿੰਘ ਜੀ ਟਿੱਕਰ ਸਾਹਿਬ ਜਿਵੇਂ ਪਹਿਲਾਂ 15,000 ਰੁਪਏ ਸਾਡੇ ਭਰਾਵਾਂ ਦੇ ਵੱਲੋਂ ਦਿੱਤਾ ਗਿਆ ਹੈਪੀ ਭਰਾਵਾਂ ਵੱਲੋਂ 10,000 ਦੇ ਵੱਡੇ ਸਹਿਯੋਗ ਸਾਡੇ ਬਹਾਦਰ ਸਿੰਘ ਜੀ ਸ਼ੇਰਗੜ ਉਹਨਾਂ ਦੇ ਵੱਲੋਂ ਦਿੱਤਾ ਗਿਆ ਹੁਣ ਇੱਕ ਧੰਨਵਾਦ ਹੈ ਬਹੁਤ ਵੱਡਾ ਉਪਰਾਲਾ ਜਿਹੜੇ ਇਹਨਾਂ ਬੱਚਿਆਂ ਨੂੰ ਵੱਡਾ ਮਾਣ ਦੇ ਰਿਹਾ ਆਉਣ ਵਾਲੇ ਸਮੇਂ ਦਾ ਭਵਿੱਖ ਹੈ ਜਦ ਸਾਹਮਣੇ ਦੇਖਾਂਗੇ ਬਹੁਤ ਵਧੀਆ ਜਿਹੜੀਆਂ ਜ਼ਿੰਮੇਵਾਰੀਆਂ ਨੇ ਸਿਆਸੀ ਕਿਹੜੇ ਕਿਤੇ ਰੂਹ ਪੰਜਾਬ ਦੀ ਸਿਰ ਤੇ ਚੁੰਨੀ ਪਾਕਿਸਤਾਨ ਨੂੰ ਵੱਧ ਪਿਆਰੇ ਹੁੰਦੇ ਨੇ ਇੱਥੇ ਪਤਸਰਾਬੇ ਬਣਨਾ ਸੌਖੀ ਗੱਲ ਨਹੀਂ ਸ਼ਰਿਆਮ ਆਜ਼ਾਦੀ ਦੇ ਲਕਾਰੇ ਹੁੰਦੇ ਨੇ ਮਿਹਨਤ ਕਰਕੇ ਮੰਜ਼ਲੇ ਤਾਰੇ ਹੁੰਦੇ ਨੇ ਪੁਛਵਾਣੀਆਂ ਮਾਨ ਪੁੱਤ ਹੁੰਦੇ ਇੱਕੋ ਜਾਏ ਜੋ ਖੇਡਾਂ ਖੇਡਦੇ ਹੋ ਜਾਣ ਵੱਧ ਪਿਆਰੇ ਹੁੰਦੇ ਨੇ ਔਰ ਦੱਸੇ ਦੀ ਕਬੱਡੀ ਪੈ ਗਈ ਸਾਹਮਣੇ ਇੱਕ ਕਹਿੰਦੀ ਤੋਂ ਵੱਡੀ ਕੋਸ਼ਿਸ਼ ਕੀਤੀ ਹੈ ਸਾਧ ਕੁੜੀਆਂ ਨੇ ਪਰ ਪੰਜ ਸਾਹਮਣੇ ਦੇਖਾਂਗੇ ਇਸ ਵੇਲੇ ਝਗੜਾਂ ਦੀ ਟੀਮ ਅਗਲੀ ਕਬੱਡੀ ਫਿਰ ਦੇਖਾਂਗੇ ਤਿੰਨ ਖਿਡਾਰੀ ਝਗੜਾਂ ਦੇ ਨੇ ਇੱਕ ਕਹਿੰਦੀ ਤੇ ਵੱਡੀ ਕੋਸ਼ਿਸ਼ ਕੀਤੀ ਹੈ ਜੇ ਜੱਫਾ ਲੱਗ ਜਾਏ ਤੇ ਸਵਾਲ ਵੱਖਰਾ ਸੋਹਣੀ ਉਮਰ ਦਾ ਖਿਡਾਰੀ ਹੈ ਐਨ ਬਦੇ ਬਦੇ ਹੋ ਗਈ ਇੱਕ ਵਾਰੀ ਫਿਰ ਤਿਆਰੀ ਹੈਲੋ ਕਰਦ ਜੀ ਕੋਈ ਪਹਿਲਵਾਨ ਤੁਸੀਂ ਤਿਆਰ ਨਹੀਂ ਕਰ ਰਹੇ ਹੈਗੇ ਹੈਲੋ ਆਇਆ ਨਹੀਂ ਕੋਈ ਮੇਰੇ ਕਰੋ ਤਿਆਰੀ ਹੋਇਆ ਤਾਂ ਮੈਚ ਕਰਨ ਕਰ ਦੇਣਾ ਸੀ ਪਹਿਲੀ ਬਾਜੀ ਤਿਆਰ ਕਰਾ ਦੇ ਮੇਰੇ ਭਰਾ ਆਪਾਂ ਨਾਲੇ ਫੋਟੋ ਕਰਾਂਗੇ ਕੁਸ਼ਤੀ ਦੇ ਨਾਲ ਜੁੜਦਾ ਕਿਉਂਕਿ ਸਾਡੇ 30 ਨੰਬਰ ਪੂਰੇ ਹੋ ਜਾਂਦੇ ਇੱਦਾਂ ਖੜੀ ਬਹੁਤ ਵਧੀਆ ਜਿਹੜਾ ਮੈਚ ਖੇਡਿਆ ਜਾ ਰਿਹਾ ਇੱਕ ਪਾਸੇ ਟੀਮ ਜਿਹੜੀ ਸਾਧਪੁਰ ਦੀ ਦੂਸਰੇ ਪਾਸੇ ਟੀਮ ਜਿਹੜੀ ਝਗੜਾ ਦੀ ਤੇ ਪੁਆਇੰਟ ਕਹਿੰਦੇ ਜਿਹੜੇ ਦਰਮਿਆਨ ਤੇ ਖੰਡ ਬਾਜੇ ਨਾ ਹੁੰਦੇ ਦੁੱਧ ਮਿੱਠੇ ਘਿਓ ਬਾਜ ਨਾ ਕੁੜੀ ਦੀਆਂ ਚੋਰੀਆਂ ਨੇ ਮਾਂ ਬਾਜ ਨਾ ਹੁੰਦੇ ਲਾੜ ਪੂਰੇ ਪਿਓ ਬਾਜ ਨਾ ਪੈਂਦੀਆਂ ਬੋਲੀਆਂ ਨੇ ਮਾਂ ਬਾਪ ਦੀ ਵੱਡੀ ਦੇਣ ਹੈਲੋ ਢਿੰਗੜਾ ਦਾ ਕਲੀਅਰੈਂਸ ਨਾਲ ਸਹਿਯੋਗੀ ਕੋਈ ਬੰਦਾ ਆ ਕੇ ਇੱਥੇ ਪੈਸੇ ਫੜ ਲਵੇ ਆਪਣੇ ਜਿਹੜੇ ਅਸੀਂ ਅਨਾਊਂਸ ਕਰਦੇ ਹਾਂ ਬਹਾਦਰ ਸਿੰਘ ਵਾਲਾ ਤੇ ਨਿਰਮਲ ਨਿਮਾ ਜੀ ਤੇ 15,000 ਹੋ ਰਿਹਾ ਉਹ ਮੈਂ ਇਹਨਾਂ ਨੂੰ ਪਾ ਦਊਂ ਫੜੋ ਆ ਕੇ ਆਪਾਂ ਪੈਸੇ ਪ੍ਰਾਪਤ ਕਰ ਲੈਣੇ ਤੇ ਵੱਖਰੇ ਰਾਸ਼ੀ ਜ਼ਰੂਰ ਲੈ ਲਓ ਸਾਹਮਣੇ ਜੱਸੇ ਦੀ ਕਬੱਡੀ ਪੈ ਗਈ ਸਾਹਮਣੇ 4 ਨੇ
ਇੱਕ ਕੰਨੀ ਨੇ ਵੱਡੀ ਕੁਛ ਕੀਤੀ ਹੈ ਔਰ ਅਕਦਾ ਧੌਣ ਦੇ ਹੱਥ ਆਹੋ ਕੀ ਬੰਦੇ ਬੰਦੇ ਲੰਬੀ ਭਾਜ ਵੱਜਦਾ ਤੇ ਕਾਲਾ ਫਿਰੋਜ਼ਪੁਰ ਸਰਦਾਰ ਦੇ ਵਿੱਚ ਮਿਸਲ ਮਾਰਦਾ ਕਿ ਪੁਆਇੰਟ ਜਿਹੜਾ ਇਸ ਵੇਲੇ ਧਾਵੀ ਦੇ ਲਈ ਔਰ ਇੱਧਰ ਇੱਕ ਨੰਬਰ ਵਾਧਾ ਆਉਂਦਾ ਹੋਇਆ ਇੱਕ ਨਾ ਜਾਣੇ ਉਹ ਕੰਮ ਵੱਡੇ ਵੱਡੇ ਕਰਦਾ ਹੋਗੀ ਬੰਦੇ ਬੰਦੇ ਹੋ ਗਿਆ ਸਾਹਮਣੇ ਪਰ ਪੁਆਇੰਟ ਦੇਖਾਂਗੇ ਇਸ ਵੇਲੇ ਸਾਧ ਬੋਲਦੇ ਲਈ ਇੱਕ ਨੰਬਰ ਵਾਧਾ ਆਉਂਦਾ ਹੋਇਆ ਅਗਲੀ ਕਬੱਡੀ ਫਿਰ ਝੰਡਾ ਦੇ ਵੱਲੋਂ ਪੈ ਗਈ ਹੈ ਕੁਝ ਕੁ ਜਿਹੜੇ ਨੰਬਰ ਬਾਕੀ ਨੇ ਉਸ ਤੋਂ ਬਾਅਦ ਆਪਾਂ ਵੱਡੀਆਂ ਜ਼ਿੰਮੇਵਾਰੀਆਂ ਦੇ ਨਾਲ ਜੁੜਨਾ ਜਿੱਥੇ ਅੱਜ ਦਰਸ਼ਨ ਜੀ ਮਿਲਾ ਦੁਨੀਆਂ ਦੇ ਮੰਨੇ ਪ੍ਰਮੰਨੇ ਵਾਲਾਂ ਦੇ ਦਰਸ਼ਨ ਹੋਣੇ ਹਨ ਜੀ ਸੰਦੀਪ ਸਿੰਘ ਸਾਡਾ ਅਵਤਾਰ ਸਿੰਘ ਢੋਲਾ ਜਿਹੜਾ ਸਾਡਾ ਢੋਲਾ ਪਹਿਲਵਾਨ ਕਬੱਡੀ ਦਾ ਸਿਰੇ ਦਾ ਪਹਿਲਵਾਨ ਹੋਇਆ ਉਹਦੇ ਕੋਲੋਂ ਵੀ 1000 ਰੁਪਏ ਇਸ ਪਿੰਡ ਦੀ ਟੀਮ ਨੂੰ ਡੇਰਾ ਨੰਦਰ ਕੌਰ ਕਰਤਾਰ ਦਾਸ ਦੇ ਵੱਲੋਂ ਇਹ ਦੋਨਾਂ ਟੀਮਾਂ ਦਾ ਆਪਣੇ ਸਾਧ ਕੌਰ ਵਾਲੇ ਢਿੰਗਣਾ ਵਾਲੇ ਆਪਣਾ ਪ੍ਰਬੰਧਕ ਕਮੇਟੀ ਤੋਂ ਜਿਹੜਾ ਇਨਾਮ ਦਿੱਤਾ ਜਾਣਾ ਉਹ ਆ ਕੇ ਲੈ ਜਾਓ ਇੱਕ ਇੱਕ ਜਣਾ ਬਹੁਤ ਬਹੁਤ ਧੰਨਵਾਦ ਚੱਲਦੇ ਹੋਏ ਮੈਚ ਦੇ ਵਿੱਚ ਸਾਧਪੁਰ ਦੀ ਟੀਮ ਨੇ ਜਿਹੜੇ 10 ਅੰਕ ਰਹੇ ਹੈ ਤੇ ਝਿੰਗੜਾ ਦੀ ਟੀਮ ਦੇ 27.5 ਅੰਕ ਰੱਖਿਆ ਤਾਰੀ ਮਾਰਦੇ ਜ਼ੋਰਦਾਰ ਝਿੰਗੜਾ ਦੀ ਟੀਮ ਜਿਹੜੀ 10 ਤੋਂ 17.5 ਅੰਕ ਲੱਗ ਜਿਹੜੀ ਟੀਮ ਜਿਹੜੀ ਜੇਤੂ ਰਹੀ ਹੈ ਸਰਦਾਰ ਬਹਾਦਰ ਸਿੰਘ ਉਹਨਾਂ ਦੇ ਵੱਲੋਂ ਬਹੁਤ ਵੱਡਾ ਸਤਿਕਾਰ ਇਹਨਾਂ ਪੰਜਾਬੀ ਬੋਲਣ ਦਾ ਬਹੁਤ ਵੱਡਾ ਸਤਿਕਾਰ ਇਹ ਵੀ ਜਿਸੇ ਇੱਕ ਵਾਰੀ ਵਾਹ ਖੜੀ ਕਰ ਪਤਾ ਲੱਗੇ ਕਿ ਆਹ ਦੱਸਾ ਹੈ ਕਿ ਅਖਾੜਾ ਭੂਆ ਧਮਰੀ ਦੇ ਵਿੱਚ ਉਸਤਾਦ ਮਹਿੰਦਰ ਭਲਵਾਨ ਦੇ ਕੋਲ ਜ਼ੋਰ ਕਰਦਾ ਹੈ ਔਰ ਦੂਸਰੇ ਪਾਸੇ ਬਹੁਤ ਹੀ ਵਧੀਆ ਜਿਹੜੀ ਕੁਸ਼ਤੀ ਖਾਣੇ ਚ ਹੈ ਵੀਰ ਪਾੜਵਾਲ ਇੰਗਲੈਂਡ ਫੈਡਰੇਸ਼ਨ ਦੇ ਪ੍ਰਧਾਨ ਸਾਹਿਬ ਸਰਦਾਰ ਬਹਾਦਰ ਸਿੰਘ ਜੀ ਦਾ ਬੋਲਾਂ ਦਾ ਬਹੁਤ ਵੱਡਾ ਸਤਿਕਾਰ ਦੇ ਕੇ ਗਏ ਹੈ ਕਰਨੀ ਲਾਗੇ ਰਹਿਣਾ ਆਪਾਂ ਇੱਥੇ ਰਲ ਮਿਲ ਕੇ ਖਾਣੇ ਜੀ ਰਹਿਣਾ ਹੈ ਬਹੁਤ ਸੋਹਣੀ ਕੁਸ਼ਤੀ ਇੱਕ ਪਾਸੇ ਜੱਸਾ ਹੈ ਔਰ ਇਹ ਨਗਰ ਭੂਆ ਤੇ ਬਣੀ ਅਖਾੜਾ ਫੁਬਾੜੇ ਦੇ ਵਿੱਚ ਜ਼ੋਰ ਕਰਦਾ ਹੈ ਜਦੋਂ ਫੁਬਾੜੇ ਦਾ ਜ਼ਿਕਰ ਆਉਂਦਾ ਦੁਨੀਆਂ ਦੇ ਵੱਡੇ ਮਾਲਾਂ ਦਾ ਜ਼ਿਕਰ ਆਉਂਦਾ ਹੈ ਜਦੋਂ ਝਿੰਗੜਾਂ ਦਾ ਜ਼ਿਕਰ ਆਉਂਦਾ ਹੈ ਔਰ ਖੇਡ ਕਬੱਡੀ ਦੇ ਬੰਨੇ ਪਰ ਵੱਡੇ ਖਿਡਾਰੀਆਂ ਦਾ ਜ਼ਿਕਰ ਆਉਂਦਾ ਹੈ ਅਗਲੀ ਕੁਸ਼ਤੀ ਦੇ ਜਿਹੜੇ ਬਲ ਹੈ ਉਹ ਮੈਂ ਨਾਲੇ ਬੇਨਤੀ ਕਰਦਾ ਹੈ ਕਿ ਬਾਬਾ ਉਹ ਅਖਾੜੇ ਪਾਸ਼ਾ ਦੇ ਵਿੱਚ ਨਾ ਬਿਲਕੁਲ ਪਿਆਰ ਦੇ ਨਾਲ ਜਿਹੜੀ ਕੁਸ਼ਤੀ ਮਾਰੂ ਕੋਈ ਵੀ ਮੇਰੇ ਵੀਰ ਜਿਹੜਾ ਅਖਾੜੇ ਪਾਸ਼ਾ ਦੇ ਵਿੱਚ ਨਾ ਮੈਂ ਗੁਰਮੇਲ ਉੱਚ ਤਬਾਦਲਾ ਹੋਈ ਸੀ ਇਕੱਠੀ ਹੈ ਦਿਓ ਬੈਠਾ ਦੇ ਕੇ ਆਪ ਜੀ ਬਹੁਤ ਸੋਹਣੀ ਕੁਸ਼ਤੀ ਜਿਹੜੀ ਅਖਾੜੇ ਚੱਲੀ ਪਈ ਬਾਬਾ ਔਰ ਸਰਦਾਰ ਕਮਲਜੀਤ ਸਿੰਘ ਜੀ ਕਹਿ ਰਹੇ ਸਾਹਿਬ ਦਾ ਬਹੁਤ ਵੱਡਾ ਧੰਨਵਾਦ ਕਰਦਾ ਇਹਨਾਂ ਪੰਜਾਬੀ ਬੋਲਣ ਦਾ ਆਉਂਦੇ ਸਾਰੇ ਬਹੁਤ ਵੱਡਾ ਜਿਹੜਾ ਮਾਨ ਸਨਮਾਨ ਦਿੰਦਾ ਹੈ ਫਿਰ ਤੋਂ ਦਰਬਾਰ ਹੈ ਸਰਦਾਰ ਸੁਦੀਪ ਸਿੰਘ ਜੀ ਸਾਨੂੰ ਸਰਦਾਰ ਅਵਤਾਰ ਸਿੰਘ ਜੀ ਢੋਲਾ ਅਮਰੀਕਾ ਵਾਲੇ ਉਹਨਾਂ ਵੱਲੋਂ ਵੀ ਇਹਨਾਂ ਬੋਲਾਂ ਦਾ ਬਹੁਤ ਵੱਡਾ ਸਤਿਕਾਰ ਹੈ ਔਰ ਸਰਦਾਰ ਕਮਲਜੀਤ ਸਿੰਘ ਜੀ ਸੋਨਾ ਹੈ ਕੁਲਵਿੰਦਰ ਸਿੰਘ ਜੀ ਹਰਜਿੰਦਰ ਸਿੰਘ ਜੀ ਹੈਪੀ ਉਹਨਾਂ ਦੇ ਵੱਲੋਂ ਸਾਡੇ ਦੋਨਾਂ ਬੁਲਾਰਿਆਂ ਦੇ ਲਈ 2000 ਰੁਪਈਆ ਇਹ ਚਾਹ ਦੇ ਪਕੌੜਿਆਂ ਦਾ ਜਿਹੜਾ ਲੰਗਰ ਵੀ ਵਰਤਾਇਆ ਜਾ ਰਿਹਾ ਹੈ ਮੈਂ ਦਿਲ ਤੋਂ ਧੰਨਵਾਦ ਕਰਦਾ ਹੈ ਔਰ ਅੱਗਾ ਬਾਬਾ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਆਪ ਮਹਾਰਾਜ ਪ੍ਰੀਤਮ ਪਾਤਸ਼ਾਹ ਜੀ ਦੀ ਅੰਸ਼ਮੰਸ਼ ਹੈ ਅੱਜ ਦੇ ਸ਼ਿਵ ਮੇਲੇ ਵਿੱਚ ਜੋ ਬੱਚਿਆਂ ਸਾਰੇ ਸਰਕਾਰਯੋਗ ਸ਼ਿਕਸ਼ਕ ਦਾ ਧੰਨਵਾਦ ਕਰਦਾ ਬਾਬਾ ਮਾਂ ਖੜੀ ਕਰ ਪਤਾ ਲੱਗੇ ਕਿਹਾ ਬਾਬਾ ਬਾਬਾ ਮਾਂ ਖੜੀ ਕਰ ਦੂਸਰੇ ਪਾਸੇ ਜ਼ਿਕਰ ਕੀਤਾ ਹੈ ਕਿ ਬੜੀ ਤਕੜੀ ਜਿਹੜੇ ਪਲੇਅਰ ਸਰੰਗ ਨੇ ਕਬੱਡੀ ਦੇ ਪੈਦਾ ਕੀਤੀ ਹੈ
ਜਥੇਦਾਰ ਰਣਜੀਤ ਸਿੰਘ ਜੀ ਜੇਕਰ ਸਾਹਿਬ ਮੁੱਖ ਸਟੇਜ ਦੇ ਉੱਪਰ ਬੈਠੇ ਹੈ, ਨਾਲ ਸਰਦਾਰ ਬਹਾਦਰ ਸਿੰਘ ਉਹਨਾਂ ਦਾ ਉੱਧਰ ਲੰਬਟਰ ਬਾਲਾ ਜੀ ਦਾ, ਬਲਵਿੰਦਰ ਸਿੰਘ ਢੇਗਾ ਨੇ ਤੇ ਸ਼ਿੰਦੇ ਭਾਜੀ ਨੇ। ਬੜੀ ਤਕੜੀ ਕਬੱਡੀ ਖੇਡੀ ਹੈ, ਇਤਿਹਾਸ ਹੈ ਛਿੰਗੜਾਂ ਦਾ। ਸਭ ਤੋਂ ਵੱਡੀ ਗੱਲ ਹੈ ਕਿ ਇਸ ਨਗਰ ਦਾ ਜਿਹੜਾ ਬਹੁਤ ਵੱਡਾ ਮਾਨ ਸਤਿਕਾਰ ਹੈ ਉਹ ਸਤਿਗੁਰ ਸੱਚੇ ਪਾਤਸ਼ਾਹ ਨੇ ਆਪ ਦਾ ਹੈ। ਇੱਧਰ ਕੇਂਦਰ ਜੀ ਨੇ ਵੀ ਆਪਣੇ ਸਮੇਂ ਦੇ ਵਿੱਚ ਵਧੀਆ ਜਿਹੜੀ ਕਬੱਡੀ ਖੇਡੀ ਹੈ, ਦਿਲ ਤੋਂ ਧੰਨਵਾਦ ਕਰਦਾ ਹੈ। ਜਿਹੜੇ ਮੱਲ ਖਾੜੇ ਪਾਤਸ਼ਾਹ ਤੋਂ ਬਾਹਰਲੇ ਪਾਸੇ ਬੈਠੇ ਉਹਨਾਂ ਮੱਲਾਂ ਨੂੰ ਬੇਨਤੀ ਹੈ ਮਲਜੀ ਆ ਜਾਓ ਖਾੜੇ 'ਚ, ਤਾਂ ਜੋ ਏਡ ਦੇ ਜੋਰ ਬੁਲਾਏ ਜਾਣਗੇ, ਕੁਝ ਸਪੈਸ਼ਲ ਕੁਸ਼ਤੀਆਂ ਹੈ। ਉਸ ਤੋਂ ਬਾਅਦ ਜਿਹੜੇ ਸਜੇ ਹੋਏ ਅਖਾ ਜਿਹੜੇ ਮੱਲ ਹੈ ਉਹਨਾਂ ਕੋਲੋਂ ਆਦੇ ਖਾੜੇ ਦਾ ਮੱਲ ਹੈ ਤੇ ਘੋਗਰ ਮੱਲੋ ਬਜ਼ਾਰ ਹੈ, ਅਸੀਂ ਆ ਜਾਓ ਖਾੜੇ 'ਚ। ਰਵਿੰਦਰ ਮਹਿਰਵਾਨ ਜੀ ਬਾਲੋਵਾਲ ਮਾੜਾ ਬੀਰਾ ਮਹਿਰਵਾਨ ਜੀ ਤੇ ਨਾਲ ਘੋਗੜ ਮਹਿਰਵਾਨ ਜੀ ਮੱਲ ਵਜਾਰਾ, ਅਗਲੀ ਕੁਸ਼ਤੀ ਵਾਲੇ ਮੱਲ ਤਿਆਰੀ ਰੱਖਿਓ, ਦੋ ਦੋ ਕੁਸ਼ਤੀਆਂ ਹੋਣਗੀਆਂ, ਸਾਰੇ ਪਹਿਲਵਾਨ ਵੀ ਧਿਆਨ ਦੇਣ। ਅੱਜ ਚਾਪ ਬੜਿਆਂ ਦਾ ਜਿਹੜਾ ਲੰਗਰ ਜਾ ਰਿਹਾ ਕੈਨੇਡਾ ਟੋਰਾਂਟੋ ਵਾਲੀ ਸੰਗਤ ਦੇ ਵੱਲੋਂ ਹੈ, ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਸਾਰੇ ਇਹਨਾਂ ਦੇ ਭਰਾਵਾਂ ਦਾ ਜਿਹੜੇ ਇਸ ਲੰਗਰ ਲਈ ਵੱਡਾ ਯੋਗਦਾਨ ਪਾਉਂਦੇ ਹੈ, ਬਹੁਤ ਵੱਡਾ ਬੈਠਾ। ਪੰਜਾਬ ਪੁਲਿਸ ਦੇ ਵਿੱਚ ਵੱਡੀ ਡਿਊਟੀ ਰੱਖਦਾ ਹਰਦੀਪ ਰੈਪਰ ਡੱਬੇ ਵਾਲੇ ਭਰਾ ਦਾ ਧੰਨਵਾਦ ਹੈ, ਵੀਰਾ ਪਰਮਾ ਜੀ ਰੈਪਰ ਡੱਬਾ। ਇੱਧਰ ਸੁਖਵਿੰਦਰ ਸਿੰਘ ਜੀ ਸਾਹਿਬਾ ਸਾਡਾ ਭਰਾਵਾਂ ਤੋਂ ਵਿਚਾਰੇ ਵਾਲਾ, ਜਗਦੀਸ਼ ਪਹਿਲਵਾਨ ਜੀ ਮਾਲ ਗੱਲਾਂ ਵੱਡੀਆਂ ਜ਼ਿੰਮੇਵਾਰੀਆਂ ਨੇ ਉਹਦੇ ਧੰਨਵਾਦ ਕੀਤਾ ਜਾ ਰਿਹਾ। ਮਹਿੰਦਰ ਪਹਿਲਵਾਨ ਜੀ ਚੌਲੇ ਵਾਲੇ, ਮਹਿੰਦਰ ਪਹਿਲਵਾਨ ਜੀ ਟੀਵੀ ਵਾਲੇ ਵੱਡੇ ਬੁਝਿਆ ਵਾਲ, ਉਹਨਾਂ ਦਾ ਪ੍ਰਚਾਰਾ ਸੀ ਆਹ ਸੱਟ ਲੱਗਣ ਕਰਕੇ ਗਲੇ ਦੇ ਵਿੱਚ ਆਵਾਜ਼ ਚਲੀ ਗਈ, ਅਸੀਂ ਦੁਆ ਕਰਦੇ ਹਾਂ ਅਰਦਾਸ ਕਰਦੇ ਹਾਂ ਭਾਈ ਜਲਦੀ ਠੀਕ ਹੋਵੇ। ਹਾਂਜੀ ਰਵਿੰਦਰ ਪਹਿਲਵਾਨ ਜੀ ਪਹਿਲਵਾਨ ਖਾਣਾ ਵੀਰਾ ਪਹਿਲਵਾਨ ਜੀ ਤੇ ਘੋਗੜ ਪਹਿਲਵਾਨ ਜੀ ਵੀ ਮਾਨੋ ਮੂਰ ਮਹਿਲ ਦਾ ਟਰੈਕਟਰ ਧਰਮੀਆਂ ਦਾ ਮੁਕਾਬਲਾ ਹੋਣਾ ਹੈ, ਇਸੇ ਤਰ੍ਹਾਂ ਜਿਹੜੀ 19 ਤਰੀਕ ਰੂਪੋਵਾਲ ਦਾ ਦੰਗਲ ਹੋਣਾ ਹੈ ਤੇ 20 ਤਰੀਕ ਜਿਹੜੀ ਹੈ ਸੋਹਣਾ ਨਕੋਦਰ ਦੇ ਲਾਗੇ ਦੰਗਲ ਹੋਵੇਗਾ, 20 ਤਰੀਕ ਜਿਹੜੀ ਹੈ ਮਾਨਾਵਾਲੀ ਦਾ ਦੰਗਲ ਹੋਵੇਗਾ, 25 ਤਰੀਕ ਫਲਾਵਰ ਖਹਿਰੇ ਦੀ ਗੱਲ, 26 ਤਰੀਕ ਪੱਦੀ ਖਾਲਸਾ, 27 ਤਰੀਕ ਗੁਆਂਢੀ ਪਿੰਡ ਮਾਨੋ ਬਜ਼ਾਰੇ ਦੇ ਵਿੱਚ ਨਰੋਲ ਸਦੇ ਪੱਧਰ ਵਾਲੇ ਮੱਲਾਂ ਦੇ ਦਰਮਿਆਨ ਕੁਸ਼ਤੀਆਂ ਹੋਣਗੀਆਂ, 28 ਤਰੀਕ ਜਿਹੜੀ ਹੈ ਸਾਲੇ ਦਾ ਦੰਗਲ ਹੋਵੇਗਾ, 29 ਤਰੀਕ ਖੜਗੜ ਕਲਾਂ ਦਾ ਦੰਗਲ ਹੋਵੇਗਾ, ਜਸਦੀ ਮੰਗਾ ਬਾਬਾ ਜੀ ਹੋਣਾ ਵੱਲੋਂ ਸਦੇ ਪੱਧਰ ਹੈ, 30 ਤਰੀਕ ਜਿਹੜੀ ਗੁਆਂਢਗੜ ਸਾਧਪੁਰ ਹੈ, 30 ਤਰੀਕ ਅੰਗਾਗਿਰੀ ਦਾ ਦੰਗਲ ਹੋਵੇਗਾ, ਇਸੇ ਤਰ੍ਹਾਂ ਜਿਹੜੀ 2 ਤਰੀਕ ਹੈ ਔੜ ਦੇ ਦੰਗਲ ਦੀ ਹੋਣੀ ਹੈ ਤੇ 3 ਤਰੀਕ ਜਿਹੜੀ ਲੜੋਏ ਦੀ ਹੋਵੇਗੀ, ਉੱਥੇ 5 ਤਰੀਕ ਜਿਹੜੀ ਆਦਰਾ ਮਾਨ ਤੇ 6 ਤਰੀਕ ਬੈਂਸਾਂ ਦਾ ਹੋਵੇਗਾ, 7 ਤਰੀਕ ਨੂੰ ਜਿਹੜਾ ਇਹ ਦੰਗਲ ਗੜ੍ਹ ਬਣਾਉਣੇ ਦਾ ਹੋਵੇਗਾ, 8 ਤਰੀਕ ਅਪਰੇ ਦੇ ਲਾਗੇ ਮੰਡੀ ਪਿੰਡ ਹੈ, 9 ਤਰੀਕ ਨੂੰ ਗੜੀ ਮਹਾਸਿੰਘ ਦਾ ਦੰਗਲ ਹੋਣਾ ਹੈ, ਇਹ ਇਲਾਕੇ ਦੇ ਦੰਗਲ ਨੇ, ਤੇ ਇਸੇ ਤਰ੍ਹਾਂ ਜਿਹੜੀ 13 ਤਰੀਕ ਅਪਰੇ ਦੇ ਲਾਗੇ ਸੁਲਤਾਨਪੁਰ ਪਿੰਡ ਹੈ, 15 ਤਰੀਕ ਨੂੰ ਕੋਟ ਰਾਣੀ ਦਾ ਜਿਹੜਾ ਦੰਗਲ ਹੋਵੇ, ਆਪਣੇ ਮਹੀਨੇ ਦੀਆਂ ਜ਼ਿੰਮੇਵਾਰੀ ਹੋਣਗੀਆਂ। ਅੱਜ ਦੇ ਸ਼ਿੰਗ ਮੇਲੇ ਦੇ ਆਪਾਂ ਜੁੜੀਏ ਰਵਿੰਦਰ ਪਹਿਲਵਾਨ ਜੀ ਬਾਲੋ ਵਾਲੇ ਖਾਣਾ ਵੀਰਾ ਪਹਿਲਵਾਨ ਜੀ, ਘੋਗੜ ਪਹਿਲਵਾਨ ਜੀ ਮਾਧੋ ਬਜ਼ਾਰ ਆਪਣੀਆਂ ਕੁਸ਼ਤੀਆਂ ਵਾਲੇ ਵੱਲ ਤਿਆਰੀ ਕਰਨਾ ਮਿਹਰਬਾਨੀ ਕਰਕੇ, ਬਿਨਾਂ ਦੇਰੀ ਜਾਂ ਖੰਡ ਦੇ ਕਰਮੀ ਮਿਹਨਤੀ ਬੰਦਾ ਨਹੀਂ ਕਦੇ ਲੁਕ ਸਕਦਾ, ਹਿੰਮਤ ਹੌਸਲਾ ਜਜ਼ਬਾ ਹੋਵੇ ਦਿਲ ਵਿੱਚ ਉਹ ਬੰਦਾ ਨਹੀਂ ਕਦੇ ਝੁਕ ਸਕਦਾ, ਜਿਹਨੇ ਮਿਹਨਤਿਆ ਝੋਟੀ ਨੂੰ ਹੱਥ ਲਾਉਣਾ ਉਹ ਬੰਦਾ ਨਹੀਂ ਵਜੀਦਿਆ ਕਦੇ ਰੁਕ ਸਕਦਾ। ਅੱਜ ਜਗ੍ਹਾ ਕਾਇਮ ਹੋਣ ਦੀ ਵੱਡੀ ਜ਼ਿੰਮੇਵਾਰੀ ਹੈ, ਧੰਨਵਾਦ ਕੀਤਾ ਜਾ ਰਿਹਾ ਸਾਰੇ ਭਰਾਵਾਂ ਦਾ ਜਿਹਨਾਂ ਦੇ ਵੱਲੋਂ ਵੱਡੇ ਸਹਿਯੋਗ ਨੇ। ਇੱਧਰ ਦਾਦੂ ਭਰਾ ਸਾਡਾ ਮੁਕੰਦਪੁਰੀਆ ਵਾਲਾ ਪੁੱਜਿਆ ਹੋਇਆ ਤੇ ਜਿੱਥੇ ਸੋਮਾ ਸੁਲਤਾਨਪੁਰੀਆ ਪੁੱਜਿਆ, 13 ਤਰੀਕ ਦੇ ਸੱਜੇ ਪੱਧਰ ਪੈਂਦਾ, 30 ਕੁਸ਼ਤੀਆਂ ਜਿਹੜੀਆਂ ਟੋਟਲ ਹੋਣਗੀਆਂ, ਬਾਕੀ 3 ਕੁਸ਼ਤੀਆਂ ਝੰਡੀ ਦੀਆਂ ਹੋਣਗੀਆਂ। ਧਰਮਿੰਦਰ ਭਰਾ ਸਾਡਾ ਪੁੱਜਿਆ ਅਲਮਗੀਰ ਵਾਲਾ, ਦੁਨੀਆਂ ਦੇ ਵੱਡੇ ਮੁੱਲਾਂ 'ਚ ਨਾਮ ਆ ਰਿਹਾ। ਹੈਲੋ ਉਹ ਭਈਆ ਜਿੰਨੇ ਵੀ ਇੱਦਾਂ ਆਪਣੇ ਰਵਾਇਤੀ ਖੇਡਾਂ ਕਰ ਕਰਕੇ ਆਈ ਜਾਂਦੇ ਆ ਜਾਂ ਬਿਨਾਂ ਕੀਤੀਆਂ ਕਰਦੇ ਹੋ, ਬਹੁਤ ਵਧੀਆ ਚੱਲ ਰਹੀਆਂ ਨੇ, ਸਭ ਦੇਖਾਂਗੇ ਮਨਾਂ ਦੇ ਦਰਮਿਆਨ ਬਹੁਤ ਜ਼ਿਆਦਾ ਹੋਣ ਲੱਗਾ, ਇਹ ਭਾਈ ਜੀ ਦਾ ਦਰਸ਼ਨੀ ਵਾਲੇ ਸਾਡੇ ਵੀ ਪੁੱਜਿਆ।
ਹਰਜਿੰਦਰ ਸਿੰਘ ਹੈਪੀ, ਕਮਲਜੀਤ ਗੋਨਾ ਤੇ ਤਲਵਿੰਦਰ ਸਿੰਘ ਵੱਲੋਂ ਹਾਈ ਸਕੂਲ ਦੇ ਬਰਾਂਡੇ ਵਾਸਤੇ ਤੇ ਠੰਡ ਦੀ ਸੰਗਤ ਨੇ ਕੋਈ 10 ਲੱਖ ਰੁਪਏ ਖਰਚਾ ਕੀਤਾ, ਜਿਹਦੇ ਕਿ ਪੇਂਟ ਛੱਤਾਂ ਬਰਾਂਡਾ ਪਸਾਰੀ ਨੇ ਪੈਸਾ ਦਿੱਤਾ ਸੀ ਮੇਰੇ ਹੱਥੀ ਤੇ ਲਿਆ ਸਾਰਾ, ਤੇ ਪ੍ਰਾਇਮਰੀ ਸਕੂਲ ਦੀ ਵੀ ਛੱਤ ਬਦਲੀ। ਇਸੇ ਤਰ੍ਹਾਂ ਇਸ ਜੰਗਲ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ, 1.5 ਲੱਖ ਰੁਪਈਆ ਹਰਜਿੰਦਰ ਹੈਪੀ ਕਮਲਜੀਤ ਉਹਨਾਂ ਵੱਲੋਂ। ਜਿਹੜੇ ਇਸ ਤੋਂ ਅਗਲੇ ਸ਼ਹਿਰ ਆ ਉਹਦੇ ਵਾਸਤੇ 2 ਬੁਲਟ ਮੋਟਰਸਾਈਕਲ ਹਰਜਿੰਦਰ ਹੈਪੀ ਗੋਨਾ ਤੇ ਤਲਵਿੰਦਰ ਵੱਲੋਂ ਤੇ ਨਾਲ ਜਿੱਤਣ ਵਾਲੇ ਨੂੰ 50,000 ਰੁਪਈਆ, 2 ਬੁਲਟ ਇੱਕੋ ਕੌਸ਼ਤੀ ਤੇ ਹੋਣਗੇ ਤੇ ਜਿੱਤਣ ਵਾਲੇ ਨੂੰ 50,000 ਵੱਖਰਾ। ਇਹ ਗੋਨਾ ਤਲਵਿੰਦਰ ਤੇ ਹਰਜਿੰਦਰ ਹੈਪੀ ਵੱਲੋਂ ਪ੍ਰਾਈਜ਼ ਹੈ ਅਗਲੇ ਸ਼ਹਿਰ ਵਾਸਤੇ। ਭਾਵੇਂ 2 ਬੁਲਟ ਮੋਟਰਸਾਈਕਲ ਤੇ 50,000 ਜਿੱਤਣ ਵਾਲੇ ਨੂੰ ਵੱਖਰਾ। ਅਗਲੀ ਸ਼ਹਿਰ ਦੇ ਲਈ ਗੋਨਾ ਕਮਲਜੀਤ ਤੇ ਕਮਲਜੀਤ ਗੋਨਾ ਹਰਜਿੰਦਰ ਹੈਪੀ ਮਿਹਰਬਾਨੀ ਕਰਕੇ ਜਦੋਂ ਜਿਹਨਾਂ ਬੰਦਿਆਂ ਨੂੰ ਕਰਾ ਲਿਆ ਅਸੀਂ ਸੱਦਿਆ ਹੀ ਨਹੀਂ ਹੈਗਾ, ਉਹਨਾਂ ਨੂੰ ਅਸੀਂ ਕੀ ਕਿਰਾਏ ਝੋੜੇ ਦੇ ਜਾਣੇ। ਰਵਿੰਦਰ ਪਰਮਾ ਜੀ ਵੱਲੋਂ ਵਾਲਾ ਦਿੱਤਾ ਕਰੇ ਨੀਲੇ ਰੰਗ ਦੀ ਗੈਂਦ ਹੈ, ਘੋਗਲ ਪਰਮਾ ਜੀ ਵੱਲੋਂ ਵਿਚਾਰਾ ਗੁਰਨਾਮ ਵਾਲੀ ਗੈਂਦ ਕੁਸ਼ਤੀ ਦੀ ਸ਼ੁਰੂਆਤ ਕਰਵਾਈਏ। ਸ਼ਬਦ ਅਲੀ ਮੁਕੰਦਪੁਰ ਬਚਾਓ ਜੀ, ਸ਼ਬਦ ਅਲੀ ਪਰਮਾ ਜੀ ਮੁਕੰਦਪੁਰ ਭੱਜ ਕੇ ਬਚਾਓ। ਅਬਾਸ ਪਰਮਾ ਜੀ ਲੱਦੀਆਂ ਖੜਾ, ਵਕੀਲ ਸਿੰਘ ਜੀ ਕਾਲੇ ਵੱਲ ਲੱਦੀਆਂ, ਅਬਾਸ ਹੱਥ ਖੜਾ ਕਰੀ। ਸ਼ਬਦ ਅਲੀ ਭੱਜ ਕੇ ਬਚਾਓ, ਸਾਰੇ ਹੱਥ ਲਾ ਦਿਓ ਮੇਰਾ ਵੀ ਕੁਸ਼ਤੀ। ਪਰਚੀ ਲੈ ਕੇ ਜਾਓ, ਜਿਹੜੀ ਪਹਿਲੀ ਕੁਸ਼ਤੀ ਹੋਈ ਸੀ ਮੇਰੀ ਪਹਿਲਵਾਨ ਜੀ ਬਾਹਰ ਵਾਲ, ਪਰਚੀ ਲੈ ਕੇ ਜਾਓ ਆ ਕੇ ਮੇਰੇ ਵੀਰ ਦੋਨੇ। ਦੇਖੋ ਪਰਚੀ ਤੇ ਜਿਹੜੀ ਰਾਸ਼ੀ ਦਿੱਤੀ ਜਾਣੀ ਹੈ, ਜੱਸਾ ਪਹਿਲਵਾਨ ਜੀ ਖੜਾ ਭੂਆ ਦਮਣੀ, ਗੁਰਪ੍ਰੀਤ ਪਾਪਾ ਫਲਾਈ, ਗੁਰਪ੍ਰੀਤ ਪਾਪਾ ਫਲਾਈ, ਡੰਡ ਲਾਉਂਦੇ ਗਰਮੀ ਹਾੜ ਦੇ ਉੱਪਰ ਜਾਂ ਬਹੁਤ ਠੰਡੀ, ਰੱਬ ਦੀ ਮਿਹਰ ਮਾਪਿਆਂ ਦਾ ਦੇਣ ਸਦਕਾ ਆਪਣੇ ਆਪ ਨੂੰ ਸਦਾ ਜਾਣ ਜਾਂਦੀ ਸ਼੍ਰੀ ਕਮਾਂਡ ਉਸਤਾਦਾਂ ਦੇ ਕੋਲ ਜਾ ਕੇ ਵਿਣਕ ਤਾਂ ਜਾ ਕੇ ਹੁੰਦੀ ਹੈ ਮਦਾਨਵੇ ਦੀ ਝੰਡੀ, ਝੰਡੀਆਂ ਸੌਖੀਆਂ ਨਹੀਂ ਘੱਟ ਹੁੰਦੀਆਂ। ਧੰਨਵਾਦ ਕੀਤਾ ਜਾ ਰਿਹਾ ਸਰਦਾਰ ਬਹਾਦਰ ਸਿੰਘ ਜੀ, ਸ਼ੇਰਗਿੱਲ ਬੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਨੇ, ਇਹਨਾਂ ਦੇ ਵੱਲੋਂ ਹੁਣ ਤੋਂ ਕਹਿੰਦੇ 22 ਤੇ 23 ਫਰਵਰੀ ਜਿਹੜਾ ਖੜਗੜ ਕਲਾਂ ਦਾ ਕਬੱਡੀ ਕੱਪ ਹੋਣਾ, ਹੁਣ ਤੋਂ ਜਾਣਕਾਰੀ ਜਿਹੜੀ ਦੇ ਦਿੱਤੀ ਹੈ ਬਾਬੇ ਦਾ ਵੱਡਾ ਕਬੱਡੀ ਕੱਪ ਹੋਣਾ 22 ਤੇ 23 ਫਰਵਰੀ ਜਿਹੜੇ ਖੜਗੜ ਕਲਾਂ ਦੇ ਕਬੱਡੀ ਕੱਪ ਦੀ ਹੋਣੀ ਹੈ। ਸਰਦਾਰ ਬਹਾਦਰ ਸਿੰਘ ਜੀ ਸ਼ੇਰਗਿੱਲ ਬੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਨੇ, ਇਹਨਾਂ ਵੱਲੋਂ ਸੱਦੇ ਪੱਤਰ ਹੁਣ ਤੋਂ ਲੱਗੇ ਹੈ, 3-3 ਕੁਸ਼ਤੀਆਂ ਖੜ ਦੇ ਵਿੱਚ ਚੱਲ ਰਹੀਆਂ ਨੇ, ਅਗਲੀਆਂ ਕੁਸ਼ਤੀਆਂ ਵਾਲੇ ਮੱਲ ਤਿਆਰੀ ਕਰ ਲੈਣ ਮਿਹਰਬਾਨੀ ਕਰਕੇ, ਬਹੁਤ ਵਧੀਆ ਕੁਸ਼ਤੀਆਂ ਚੱਲ ਰਹੀਆਂ ਨੇ। ਇਹ ਸੂਰਜ ਢਲਿਆ ਬੱਚਾ ਇੱਛਾ ਕਰਦਾ ਮਾਂ ਦੀ ਗੋਦੀ ਦੀ, ਕਾਢੀ ਸਖਤ ਡਿਊਟੀ ਹੁੰਦੀ ਪੁਲਿਸ ਲੈਣ ਤੇ ਦੋਜੀ ਦੀ, ਉਮਰਾਂ ਭਰ ਜ਼ਖਮ ਸੁੱਕਦੇ ਨਾ ਲਾਈਆਂ ਆਪਣੀਆਂ ਚੋਟਾਂ ਦੇ, ਰਿਸ਼ਤੇਦਾਰੀ ਨਹੀਂ ਰਹਿੰਦੀ ਜਦ ਮਸਲੇ ਬਣ ਜਾਣ ਨੋਟਾਂ ਦੇ, ਘਰ ਦੀ ਗੱਡੀ ਵਰਗਾ ਨਸ਼ਾ ਕਾਹਨ ਬਣ ਨੂੰ ਤਾਲੀ ਦਾ ਸਧੂਆ ਕਈ ਵਾਰੀ ਕੰਮ ਕਰਾ ਦਿੰਦਾ,
ਕੰਪ ਮਾਰਿਆ ਦੇ ਨਾਲ ਜਿਹੜੀਆਂ ਕੋਸ਼ਿਸ਼ਾਂ ਲਈਆਂ ਜਾ ਰਹੀਆਂ ਨੇ। ਗੁਰਪ੍ਰੀਤ ਬਾਬਾ ਫਲਾਈ ਅਧਿਕੜਾ ਕਰੇ ਕਾਲੇ ਰੰਗ ਦੀ ਗੈਂਦ, ਗਗਨ ਪਰਮਾ ਜੀ ਸੁਲਤਾਨਪੁਰ ਨੀਲੇ ਰੰਗ ਦੀ ਗੈਂਦ, ਬਾਕੀ ਦਾ ਵੀ ਲੋਕ ਦੱਸੀ ਪਰਮਾ ਜੀ ਮਾਲ ਕਰਾਂ, ਸੰਜੂ ਪਰਮਾ ਜੀ ਰੈਫਰ ਡੱਬਾ ਅਗਲੀ ਕੁਸ਼ਤੀ ਵਾਲੇ ਮਾਲ ਭਾਜੀ ਵਿੱਚ ਆਓ। ਹਰਦੀਪ ਭਾਜੀ, ਹਰਦੀਪ ਭਾਈ ਭੇਜੋ ਸੰਜੂ ਨੂੰ, ਸੰਜੂ ਆ। ਬਹੁਤ ਬਹੁਤ ਧੰਨਵਾਦ ਕਰ ਜੀ, ਕਬੱਡੀ ਦਾ ਬਿਹਤਰੀਨ ਖਿਡਾਰੀ ਸਾਡੇ ਦਰਮਿਆਨ ਪੁੱਜਿਆ, ਹਰਦੀਪ ਭਰਾ ਦਾ ਧੰਨਵਾਦ ਹੈ। ਇਹ ਰੈਫਰ ਡੱਬੇ ਵਾਲੇ ਭਰਾਵਾਂ ਦਾ ਦੱਸੀ ਮਾਲ ਕਹਿੰਦਾ ਭਾਜੀ ਦੇ ਵਿੱਚ ਆਵੇ ਭਰਾ ਨਾ ਦੱਸੀ ਪਹਿਲਵਾਨ ਜੀ ਮਾਲ ਕਹਿੰਦਾ ਸੰਜੂ ਪਹਿਲਵਾਨ ਜੀ ਰੈਫਰ ਡੱਬਾ ਗਿਆ ਜੀ ਆ ਗਿਆ ਜੀ ਮਾਲ ਕਹੋ ਕੁਸ਼ਤੀ ਦੀ ਸ਼ੁਰੂਆਤ ਅਗਲੀ ਕੁਸ਼ਤੀ ਵਾਲੇ ਵੱਲ ਤਿਆਰੀ ਰੱਖਿਓ। ਸਿਮਰਨ ਪਹਿਲਵਾਨ ਜੀ ਆਲਮਗੀਰ, ਰਣਵੀਰ ਚੱਕ ਕਲਾਲ ਅਗਲੀ ਕੁਸ਼ਤੀ ਵਾਲੇ ਵੱਲ ਤਿਆਰੀ ਰੱਖਿਓ ਮੇਰੇ ਭਰਾ। ਬਹੁਤ ਬਹੁਤ ਧੰਨਵਾਦ ਗੁਰਮਨ ਸਾਹਿਬ ਆਓ ਆਪਾਂ ਕੌਂਫਰ ਕੇ ਜਿਹੜੀ ਬਾਈ ਜੁੜੀ ਜਿਹੜੀ ਲਾ ਲਈਏ ਔਰ ਬਹੁਤ ਵਧੀਆ ਕੁਸ਼ਤੀਆਂ ਤਿੰਨ ਫੜ ਦੇ ਵਿੱਚ ਚੱਲੀਆਂ ਨੇ। ਸ਼ਬਦ ਤੇ ਆਵਾਜ਼ ਦੇ ਦਰਮਿਆਨ ਕੁਸ਼ਤੀ ਹੈ ਦੱਸੀ ਹੈ, ਨਾਲ ਸਾਹਮਣੇ ਦੇਖਾਂਗੇ ਹਰਦੀਪ ਪਹਿਲਵਾਨ ਜੀ ਦਾ ਇੱਕ ਸਰਦਾਰ ਰਣਜੀਤ ਸਿੰਘ ਜੀ ਚੇਖੜ ਸਾਹਿਬ ਇੱਕੋ ਪਰਚੀ ਆ ਰਹੀ ਹੈ ਜੀ, ਹੁਣ ਮੇਰੇ ਕੋਲ ਇੱਕੋ ਪਰਚੀਆਂ ਨੇ ਸਾਰੀਆਂ, ਪਹਿਲੀ ਕੁਸ਼ਤੀ ਦੀਆਂ ਦੋ ਪਰਚੀਆਂ ਸੀ ਬਸ, ਬਾਕੀ ਸਾਰੀ ਇੱਕੋ ਪਰਚੀ ਹੈ। ਇੱਕੋ ਪਰਚੀ ਦੇ ਜਿਹੜੇ ਨਾਮ ਦਿੱਤੇ ਜਾਣੇ ਆ ਸਾਰੀਆਂ ਸ਼ਸ਼ੀਕਾਂ ਨੂੰ ਬੇਨਤੀ ਹੈ ਵੀ ਤੁਸੀਂ ਜ਼ਰੂਰ ਇਹਨਾਂ ਭੁਲਾਖਾਂ ਦਾ ਸਾਥ ਦੇਣਾ। ਆਓ ਸਿਮਰਨ ਪਹਿਲਵਾਨ ਜੀ ਆਲਮਗੀਰ ਰਣਵੀਰ ਨਾਲ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਸਾਰੇ ਭਰਾਵਾਂ ਦਾ। ਇੱਧਰਲੇ ਪਾਸੇ ਤਿੰਨ ਤਿੰਨ ਕੁਸ਼ਤੀਆਂ ਨੇ ਗਾੜੇ ਦੇ ਵਿੱਚ, ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ, ਗੱਲਾਂ ਵਰਤਮਾਨ ਦੀਆਂ ਗੱਲਾਂ ਸਮੇਂ ਦੀਆਂ। ਹਰੋ ਦਾਬੀ ਕੋਲੋਂ ਸ਼ਾਬਾਸ਼ ਗੁਰਦੁਆਰਾ ਸ੍ਰੀ ਨਾਮ ਗੁਰੂ ਰਾਜਾ ਸਾਹਿਬ ਹਾਂਜੀ ਬਹੁਤ ਬਹੁਤ ਧੰਨਵਾਦ ਸਾਡੀ ਕਰਮ ਜੀ, ਤਿੰਨ ਵੀ ਏਰੀਏ ਦੇ ਨਹੀਂ ਪੂਰੇ ਵਰਲਡ ਦੇ ਵਿੱਚ ਪ੍ਰਸਿੱਧ ਬੁਲਾਰੇ ਆ, ਚਾਹੇ ਕਬੱਡੀ ਹੋਵੇ ਚਾਹੇ ਖੇਡ ਮੇਲਾ ਬਲਜਿੰਦਰ ਘੁੰਮਣ ਜੀ ਆਪਾਂ ਧੰਨਵਾਦ ਕਰਦੇ ਹਾਂ। ਰਵਿੰਦਰ ਸਿੰਘ ਜੀ ਚੇਂਗੜ ਕਬੱਡੀ ਦੇ ਮਹਾਨ ਖਿਡਾਰੀ ਸਟੇਜ ਤੇ ਬੈਠੇ ਨੇ, ਰਣਜੀਤ ਸਿੰਘ ਜੀ ਚੇਂਗੜ, ਬਹਾਦਰ ਖੇਡਗਲ, ਇਹਨਾਂ ਨੇ ਆਪਣੀ ਜ਼ਿੰਦਗੀ ਜਿਹੜੀ ਹੈ ਕਬੱਡੀ ਨੂੰ ਸਮਰਪਿਤ ਕਰ ਦਿੱਤੀ, ਬੜੀ ਤਕੜੀ ਕਬੱਡੀ ਖੇਡੀ ਹੈ, ਧੰਨਵਾਦ ਕਰਦੇ ਹਾਂ। ਅਤੇ ਦੁੱਧ ਦੀ ਸੇਵਾ ਜਿਹੜੀ ਹੈ 6 ਮਹੀਨੇ ਤੋਂ ਕੀਤੀ ਜਾ ਰਹੀ ਹੈ ਉਹ ਗੁਪਤ ਆ, ਕਿਉਂਕਿ ਲਾਈਟਾਂ ਦੀ ਸੇਵਾ ਵੀ ਕੀਤੀ ਸਰਦਾਰ ਬਲਵਿੰਦਰ ਸਿੰਘ ਵੱਲੋਂ, ਜਿਹੜੀ ਬੱਚਿਆਂ ਦੀ ਟੀਮ ਬਣੀ ਸੀ 6 ਮਹੀਨੇ ਤੋਂ, ਉਹਨਾਂ ਬੱਚਿਆਂ ਨੂੰ ਖੁਰਾਕ ਜਿਹੜੀ ਹੈ ਉਹ ਬਲਵਿੰਦਰ ਸਿੰਘ ਵੱਲੋਂ ਕੋਸਾ ਵੱਲੋਂ ਦਿੱਤੀ ਜਾ ਰਹੀ ਹੈ। ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਹੁਣ ਹਰ ਵਿਨਵਾ ਕੇ ਜਿਗਰੇ ਜਿਗਰੇ ਬਾਤ ਅਨੁਸਾਰ ਕਹਿੰਦੇ ਵੀ ਜਿਹੜੇ ਸੁਪਰ ਸਟਾਰ ਆ ਉਹਨਾਂ ਨੂੰ ਤਾਂ ਹਰ ਕੋਈ ਕਹਿੰਦੇ ਵੀ ਮਾਨ ਸਨਮਾਨ ਦਿੰਦਾ, ਪਰ ਜਿਹੜੇ ਅਜੇ ਬਣਨੇ ਹੈ ਉਹਨਾਂ ਦਾ ਹੌਸਲਾ ਵਧਾਉਣਾ ਸਭ ਤੋਂ ਵੱਡੀ ਗੱਲ, ਆਪਾਂ ਧੰਨਵਾਦ ਕਰਦੇ ਹਾਂ। ਲਓ ਇਹਦੇ ਚੱਲਦੀਆਂ ਹੋਈਆਂ ਕੁਸ਼ਤੀਆਂ 1, 2, 3, 4 ਕਿਹੜੀ ਗੱਡੀ ਸ਼ੁਰੂ ਹੋਣ ਜਾ ਰਹੀ ਹੈ। ਸੰਗਤ ਨੇ ਕੋਈ 10 ਲੱਖ ਦਾ ਰੁਪਏ ਖਰਚਾ ਕੀਤਾ, ਜਿਹਦੇ ਕਿ ਪੇਂਟ, ਛੱਤਾਂ, ਬਰਾਂਡਾ,
ਪਸਾਰੀ ਨੇ ਪੈਸਾ ਦਿੱਤਾ ਸੀ ਮੇਰੇ ਹੱਥੀ ਚੱਲਿਆ ਸਾਰਾ ਅਤੇ ਪ੍ਰਾਇਮਰੀ ਸਕੂਲ ਦੀ ਵੀ ਛੱਤ ਬਦਲੀ। ਇਸੇ ਤਰ੍ਹਾਂ ਇਸ ਦੰਗਲ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ, 1.5 ਲੱਖ ਰੁਪਈਆ ਹਰਜਿੰਦਰ ਹੈਪੀ ਕਮਲਜੀਤ ਉਹਨਾਂ ਵੱਲੋਂ ਜਿਹੜੇ ਇਸ ਤੋਂ ਅਗਲੀ ਸ਼ਹਿਰ ਆ ਉਹਦੇ ਵਾਸਤੇ 2 ਬੁਲਟ ਮੋਟਰਸਾਈਕਲ ਹਰਜਿੰਦਰ ਹੈਪੀ ਗੋਨਾ ਅਤੇ ਕੁਲਵਿੰਦਰ ਵੱਲੋਂ ਅਤੇ ਨਾਲ ਜਿੱਤਣ ਵਾਲੇ ਨੂੰ 50,000 ਰੁਪਈਆ, 2 ਬੁਲਟ ਈਕੋ ਕੌਸ਼ਟੀ 'ਤੇ ਹੋਣਗੇ ਅਤੇ ਜਿੱਤਣ ਵਾਲੇ ਨੂੰ 50,000 ਵੱਖਰਾ। ਇਹ ਗੋਨਾ ਕੁਲਵਿੰਦਰ ਅਤੇ ਹਰਜਿੰਦਰ ਹੈਪੀ ਵੱਲੋਂ ਪੜਾਈ ਗਿਆ ਅਗਲੇ ਸ਼ਹਿਰ ਵਾਸਤੇ। ਭਾਵੇਂ 2 ਬੁਲਟ ਮੋਟਰਸਾਈਕਲ ਅਤੇ 50,000 ਜਿੱਤਣ ਵਾਲੇ ਨੂੰ ਵੱਖਰਾ, ਅਗਲੀ ਸ਼ਹਿਰ ਦੇ ਲਈ ਕੁਝ ਗੋਨਾ ਕਮਲਜੀਤ ਅਤੇ ਕਮਲਜੀਤ ਗੋਨਾ ਹਰਜਿੰਦਰ ਹੈਪੀ ਜੋਗੜ ਬਾਬਾ ਵੀ ਮਾਲੂਮ ਜਰਾ ਸਾਹਿਬ ਭੱਜ ਗਿਆ ਹੋਵੇ ਸ਼ਾਬਾਸ਼। ਅਗਲੀ ਕੁਸ਼ਤੀ ਹੈ ਜਿਹੜੇ ਸ਼ੌਕਤ ਅਲੀ ਮੁਕੰਦਪੁਰ ਦੇ ਆਵਾਸ ਵਰਮਾ ਦੀ ਲੜੀਆਂ ਤਿਆਰ ਬਣ ਜਾ ਰਹੇ ਹੋ। ਕੋਈ ਖੇਡ ਰਵਾਇਤੀ ਆਪਣੇ ਆਪ ਨਹੀਂ ਕਰਨੀ ਕਿਸੇ ਨੇ ਦੂਜੀ ਗੱਲ ਮਿਹਰਬਾਨੀ ਕਰਕੇ ਜਦੋਂ ਜਿਹਨਾਂ ਬੰਦਿਆਂ ਨੂੰ ਕਰਾ ਲਿਆ ਅਸੀਂ ਦੱਸਿਆ ਹੀ ਨਹੀਂ ਹੈਗਾ ਉਹਨਾਂ ਨੂੰ ਅਸੀਂ ਕੀ ਕਿਰਾਏ ਝੋਲੇ ਦੇ ਜਾਣੇ। ਰਵਿੰਦਰ ਵਰਮਾ ਦੀ ਮਾਲੋ ਵਾਲਾ ਦਿੱਤਾ ਕਰੇ ਨੀਲੇ ਰੰਗ ਦੀ ਗੈਂਦ ਹੈ ਘੋਗੜ ਵਰਮਾ ਦੀ ਮਾਲੋ ਵਿਚਾਰਾ ਉਹਨਾਂ ਵਾਲੀ ਗੈਂਦ ਕੁਸ਼ਤੀ ਦੀ ਸ਼ੁਰੂਆਤ ਕਰਵਾਈਏ। ਸ਼ੌਕਤ ਅਲੀ ਮੁਕੰਦਪੁਰ ਬੈਠਾ ਹੋ ਜੀ ਸ਼ੌਕਤ ਅਲੀ ਪਹਿਲਵਾਨੀ ਮੁਕੰਦਪੁਰ ਭੱਜ ਕੇ ਬਚਾਓ ਅਬਾਸ ਪਹਿਲਵਾਨੀ ਲੜੀਆਂ ਖੜਾ ਵਕੀਲ ਸਿੰਘ ਦੀ ਕਾਲੇ ਵੱਲ ਲੜੀਆਂ ਆਵਾਜ਼ ਹੱਥ ਖੜਾ ਕਰੀ ਸ਼ੌਕਤ ਅਲੀ ਭੱਜ ਕੇ ਬਚਾਓ ਸਾਰੇ ਆਹ ਕਰਾ ਦਿਓ ਮੇਰਾ ਵੀ ਕੁਰਸੀ ਇਹ ਪਾਰਟੀ ਲੈ ਕੇ ਜਾਓ ਜਿਹੜੀ ਪਹਿਲੀ ਕੁਰਸੀ ਹੋਈ ਸੀ ਮੇਰੀ ਪਹਿਲਵਾਨੀ ਬਾੜਵਾਲ ਪਾਰਟੀ ਲੈ ਕੇ ਜਾਓ ਆ ਕੇ ਮੇਰੇ ਵੀਰ ਦੋਨੇ ਇੱਕੋ ਪਾਰਟੀ ਦੇ ਜਿਹੜੀ ਰਾਸ਼ੀ ਦਿੱਤੀ ਜਾਣੀ ਹੈ ਜੱਸਾ ਪਹਿਲਵਾਨ ਦੀ ਖੜਾ ਭੂਆ ਦਮਣੀ ਗੁਰਮੀਤ ਬਾਬਾ ਫਲਾਈ ਗੁਰਮੀਤ ਬਾਬਾ ਫਲਾਈ ਆਪਣੇ ਆਪ ਨੂੰ ਸਦਾ ਜਾਣ ਜੰਦੀ ਸ਼੍ਰੀ ਕੁਮਾਰ ਉਸਤਾਦਾਂ ਦੇ ਕੋਲ ਜਾ ਕੇ ਕਿਣਕ ਤਾਂ ਜਾ ਕੇ ਹੁੰਦੀ ਹੈ ਮੈਦਾਨ ਦੇ ਵਿੱਚ ਝੰਡੀ ਝੰਡੀਆਂ ਸੌਖੀਆਂ ਨਹੀਂ ਪੱਟ ਹੁੰਦੀਆਂ। ਧੰਨਵਾਦ ਕੀਤਾ ਜਾ ਰਿਹਾ ਸਰਦਾਰ ਬਹਾਦਰ ਸਿੰਘ ਜੀ ਸ਼ੇਰਗਿੱਲ ਬੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਹੈ ਜਿਹਨਾਂ ਦੇ ਵੱਲੋਂ ਹੁਣ ਤੋਂ ਕਹਿੰਦੇ 22 ਅਤੇ 23 ਫਰਵਰੀ ਜਿਹੜਾ ਖੜਕੜ ਕਲਾਂ ਦਾ ਕਬੱਡੀ ਕੱਪ ਹੋਣਾ ਹੁਣ ਤੋਂ ਜਾਣਕਾਰੀ ਜਿਹੜੀ ਦੇ ਦਿੱਤੀ ਹੈ ਬਾਬੇ ਦਾ ਵੱਡਾ ਕਬੱਡੀ ਕੱਪ ਹੋਣਾ 22 ਅਤੇ 23 ਫਰਵਰੀ ਜਿਹੜੇ ਖੜਕੜ ਕਲਾਂ ਦੇ ਕਬੱਡੀ ਕੱਪ ਦੀ ਹੋਣੀ ਹੈ ਸਰਦਾਰ ਬਹਾਦਰ ਸਿੰਘ ਜੀ ਸ਼ੇਰਗਿੱਲ ਬੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਜਿਹਨਾਂ ਵੱਲੋਂ ਸੱਦੇ ਪੱਤਰ ਹੁਣ ਤੋਂ ਲੱਗ ਗਏ ਹੈ ਤਾਂ 3-3 ਕੁਸ਼ਤੀਆਂ ਖੜ ਦੇ ਵਿੱਚ ਚੱਲ ਰਹੀਆਂ ਨੇ ਅਗਲੀਆਂ ਕੁਸ਼ਤੀਆਂ ਵਾਲੇ ਮੱਲ ਤਿਆਰੀ ਕਰ ਲੈਣ ਮਿਹਰਬਾਨੀ ਕਰਕੇ ਬਹੁਤ ਵਧੀਆ ਕੁਸ਼ਤੀਆਂ ਚੱਲ ਰਹੀਆਂ ਨੇ ਇਹ ਸੂਰਜ ਢਲਿਆ ਬੱਚਾ ਇੱਛਾ ਕਰਦਾ ਮਾਂ ਦੀ ਗੋਦੀ ਦੀ ਕਾਢੀ ਸਖ਼ਤ ਡਿਊਟੀ ਹੁੰਦੀ ਪੁਲਿਸਮੈਨ ਤੇ ਦੋਜੀ ਦੀ ਉਮਰਾਂ ਭਰ ਜ਼ਖਮ ਸੁੱਕਦੇ ਨਾ ਲਾਈਆਂ ਆਪਣੀਆਂ ਚੋਟਾਂ ਦੇ ਰਿਸ਼ਤੇਦਾਰੀ ਨਹੀਂ ਰਹਿੰਦੀ ਜਦ ਮਸਲੇ ਬਣ ਜਾਣ ਨੋਟਾਂ ਦੇ
ਘਰ ਦੀ ਗੱਡੀ ਵਰਗਾ ਨਸ਼ਾ ਨਾਲ ਮਨ ਨੂੰ ਤਾੜੀ ਦਾ ਸਤੂਆ ਕਈ ਵਾਰੀ ਕੰਮ ਕਰਾ ਦਿੰਦਾ ਕੰਮ ਮਾਰੇ ਆੜੀ ਦਾ ਇਹ ਜੀਦਾਰੀ ਦੇ ਨਾਲ ਜਿਹੜੀਆਂ ਕੋਸ਼ਿਸ਼ਾਂ ਲੜੀਆਂ ਜਾ ਰਹੀਆਂ ਨੇ ਗੁਰਪ੍ਰੀਤ ਬਾਬਾ ਫਲਾਈ ਅਲਗੜ ਅਗਲੇ ਕਾਲੇ ਰੰਗ ਦੀ ਗੈਂਦ ਗਗਨ ਪਹਿਲਵਾਨ ਜੀ ਸੁਲਤਾਨਪੁਰ ਨੀਲੇ ਰੰਗ ਦੀ ਗੈਂਦ ਬਾਕੀ ਦਾ ਵੀ ਰਹੂਗਾ ਜੱਸੀ ਪਹਿਲਵਾਨ ਜੀ ਮਾਲ ਕਰਾਂ ਸੰਜੂ ਪਹਿਲਵਾਨ ਜੀ ਰੈਫਰ ਡੱਬਾ ਅਗਲੀ ਕੁਸ਼ਤੀ ਵਾਲੇ ਮਾਲ ਭਾਜੀ ਵਿੱਚ ਆਓ ਹਰਦੀਪ ਭਾਜੀ ਹਰਦੀਪ ਭਾਈ ਭੇਜੋ ਸੰਜੂ ਨੂੰ ਸੰਜੂ ਆ ਬਹੁਤ ਬਹੁਤ ਧੰਨਵਾਦ ਗੁਰਜੀਤ ਕਬੱਡੀ ਦਾ ਬੇਹਤਰੀਨ ਖਿਡਾਰੀ ਸਾਡੇ ਦਰਮਿਆਨ ਪੁੱਜਿਆ ਹਰਦੀਪ ਭਰਾ ਦਾ ਧੰਨਵਾਦ ਹੈ ਇਹ ਰੈਫਰ ਡੱਬੇ ਵਾਲੇ ਭਰਾਵਾਂ ਦਾ ਜੱਸੀ ਮਾਲ ਕਹਿੰਦਾ ਭਾਜੀ ਕਿਵੇਂ ਤੇ ਆਵੇ ਭਰਾ ਨਾ ਜੱਸੀ ਪਹਿਲਵਾਨ ਜੀ ਮਾਲ ਕਹਿੰਦਾ ਸੰਜੂ ਪਹਿਲਵਾਨ ਜੀ ਰੈਫਰ ਡੱਬਾ ਗਿਆ ਜੀ ਆ ਗਿਆ ਜੀ ਮਾਲ ਕਹੋ ਕੁਸ਼ਤੀ ਦੀ ਸ਼ੁਰੂਆਤ ਵੀਰਾਂ ਜੀ ਕਹੋ ਸ਼ਾਬਾਸ਼ ਸਿਮਰਨ ਪਹਿਲਵਾਨ ਜੀ ਆਲਮਗੀਰ ਰਣਵੀਰ ਪਹਿਲਵਾਨ ਜੀ ਚੰਦ ਕਲਾਰ ਅਗਲੀ ਕੁਸ਼ਤੀ ਵਾਲੇ ਮਾਲ ਤਿਆਰੀ ਰੱਖਿਓ ਸਿਮਰਨ ਪਹਿਲਵਾਨ ਜੀ ਆਲਮਗੀਰ ਰਣਵੀਰ ਚੱਕ ਕਲਾਲ ਅਗਲੀ ਕੁਸ਼ਤੀ ਵਾਲੇ ਮਾਲ ਤਿਆਰੀ ਰੱਖਿਓ ਮੇਰੇ ਭਰਾ ਬਹੁਤ ਬਹੁਤ ਧੰਨਵਾਦ ਗੁਰਮਨ ਸਾਹਿਬ ਆਓ ਆਪਾਂ ਕੌਂਫਰ ਕੇ ਜਿਹੜੀ ਬਾਈ ਜੁੜੀ ਜਿਹੜੀ ਲਾ ਲਈ ਹੈ ਔਰ ਬਹੁਤ ਵਧੀਆ ਕੁਸ਼ਤੀਆਂ ਤਿੰਨ ਫੜ ਦੇ ਵਿੱਚ ਜਾ ਰਹੀਆਂ ਨੇ ਸ਼ਬਦ ਤੇ ਅਬਾਸ ਦੇ ਦਰਮਿਆਨ ਕੁਸ਼ਤੀ ਹੈ ਜੱਸੀ ਹੈ ਨਾਲ ਸਾਹਮਣੇ ਦੇਖਾਂਗੇ ਹਰਦੀਪ ਪਹਿਲਵਾਨ ਜੀ ਦਾ ਇੱਕ ਸਰਦਾਰ ਰਣਜੀਤ ਸਿੰਘ ਜੀ ਚਿਖੜ ਸਾਹਿਬ ਇੱਕੋ ਪਰਚੀ ਆ ਰਹੀ ਹੈ ਜੀ ਹੁਣ ਮੇਰੇ ਕੋਲ ਇੱਕੋ ਪਰਚੀਆਂ ਨੇ ਸਾਰੀਆਂ ਪਹਿਲੀ ਕੁਸ਼ਤੀ ਦੀਆਂ ਦੋ ਪਰਚੀਆਂ ਸੀ ਬਸ ਬਾਕੀ ਸਾਰੀ ਇੱਕੋ ਪਰਚੀ ਹੈ ਇੱਕੋ ਪਰਚੀ ਦੇ ਜਿਹੜੇ ਨਾਮ ਦਿੱਤੇ ਜਾਣੇ ਆ ਸਾਰੀਆਂ ਸ਼ਖਸੀਆਂ ਨੂੰ ਬੇਨਤੀ ਹੈ ਵੀ ਤੁਸੀਂ ਜ਼ਰੂਰ ਇਹਨਾਂ ਭਲਾਖਾਂ ਦਾ ਸਾਥ ਦੇਣਾ ਆਓ ਸਿਮਰਨ ਪਹਿਲਵਾਨ ਜੀ ਆਲਮਗੀਰ ਰਣਵੀਰ ਪਹਿਲ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਸਾਰੇ ਭਰਾਵਾਂ ਦਾ ਇੱਧਰ ਦੇ ਪਾਸੇ ਤਿੰਨ ਤਿੰਨ ਕੁਸ਼ਤੀਆਂ ਨੇ ਖਾੜੇ ਦੇ ਵਿੱਚ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਗੱਲਾਂ ਵਰਤਮਾਨ ਦੀਆਂ ਗੱਲਾਂ ਸਮੇਂ ਦੀਆਂ ਹਰ ਉਤਾਬੀ ਜੀ ਵੱਲੋਂ ਸ਼ਾਬਾਸ਼ ਗੁਰਦੁਆਰਾ ਸ੍ਰੀ ਨਾਮਪੁਰ ਰਾਜਾ ਸਾਹਿਬ ਪਿੰਡ ਖੇਤਰਾ ਸ੍ਰੀ ਪਾਸਨ ਨਗਰ ਦੀ ਧਰਤੀ ਹੈ ਹਾਂਜੀ ਬਹੁਤ ਬਹੁਤ ਧੰਨਵਾਦ ਸਾਡੇ ਕਰਮ ਜੀ ਕਹਿੰਦੇ ਵੀ ਏਰੀਏ ਦੇ ਨਹੀਂ ਪੂਰੇ ਵਰਲਡ ਦੇ ਵਿੱਚ ਪ੍ਰਸਿੱਧ ਬੁਲਾਰੇ ਆ ਚਾਹੇ ਕਬੱਡੀ ਹੋਵੇ ਚਾਹੇ ਖੇਡ ਮੇਲਾ ਬਲਜਿੰਦਰ ਘੁੰਮਣ ਜੀ ਆਪਾਂ ਧੰਨਵਾਦ ਕਰਦੇ ਹਾਂ ਰਵਿੰਦਰ ਸਿੰਘ ਜੀ ਜੇਕਰ ਕਬੱਡੀ ਦੇ ਮਹਾਨ ਖਿਡਾਰੀ ਸਟੇਜ ਤੇ ਬੈਠੇ ਰਣਜੀਤ ਸਿੰਘ ਜੀ ਜੇਕਰ ਬਹਾਦਰ ਖੇਡਗਲ ਇਹਨਾਂ ਨੇ ਆਪਣੀ ਜ਼ਿੰਦਗੀ ਜਿਹੜੀ ਹੈ ਕਬੱਡੀ ਨੂੰ ਸਮਰਪਿਤ ਕਰ ਦਿੱਤੀ ਬੜੀ ਤਕੜੀ ਕਬੱਡੀ ਖੇਡੀ ਹੈ ਧੰਨਵਾਦ ਕਰਦੇ ਹਾਂ ਅਤੇ ਦੁੱਧ ਦੀ ਸੇਵਾ ਜਿਹੜੀ ਹੈ 6 ਮਹੀਨੇ ਤੋਂ ਕੀਤੀ ਜਾ ਰਹੀ ਹੈ ਉਹ ਗੁਪਤ ਆ ਕਿਉਂਕਿ ਲੈਟਾਂ ਦੀ ਸੇਵਾ ਵੀ ਕੀਤੀ ਸਰਦਾਰ ਬਲਵਿੰਦਰ ਸਿੰਘ ਵੱਲੋਂ ਜਿਹੜੀ ਬੱਚਿਆਂ ਦੀ ਟੀਮ ਬਣੀ ਸੀ 6 ਮਹੀਨੇ ਤੋਂ ਉਹਨਾਂ ਬੱਚਿਆਂ ਨੂੰ ਖੁਰਾਕ ਜਿਹੜੀ ਹੈ ਉਹ ਬਲਵਿੰਦਰ ਸਿੰਘ ਵੱਲੋਂ ਕੋਸਾ ਵੱਲੋਂ ਦਿੱਤੀ ਜਾ ਰਹੀ ਹੈ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਹੁਣ ਹਰ ਵਿਰਵਾ ਕੇ ਜਿਗਰੇ ਜਿਗਰੇ ਬਾਤ ਅਨੁਸਾਰ ਕਹਿੰਦੇ ਵੀ ਜਿਹੜੇ ਸੁਪਰ ਸਟਾਰ ਆ ਉਹਨਾਂ ਨੂੰ ਤਾਂ ਹਰ ਕੋਈ ਕਹਿੰਦੇ ਵੀ ਮਾਨ ਸਨਮਾਨ ਦਿੰਦਾ ਪਰ ਜਿਹੜੇ ਅਜੇ ਬਣਨੇ ਹੈ ਉਹਨਾਂ ਦਾ ਹੌਸਲਾ ਵਧਾਉਣਾ ਸਭ ਤੋਂ ਵੱਡੀ ਗੱਲ ਆ ਪਰ ਧੰਨਵਾਦ ਕਰਦੇ ਹਾਂ ਲਓ ਇਹਦੇ ਚੱਲਦੀਆਂ ਹੋਈਆਂ ਕੁਸ਼ਤੀਆਂ 1, 2, 3, 4 ਕਿਹੜੀ ਗੱਡੀ ਸ਼ੁਰੂ ਹੋਣ ਜਾ ਰਹੀ ਹੈ ਕੋਸੀ ਦਾ ਵਾਲਾ ਵਿੱਚ ਨੂੰ ਇਹ ਦੇਖੋ ਇਹ ਦੇਖੋ
ਕਹਿੰਦੇ ਵੀ ਕੁਸ਼ਤੀਆਂ ਪੰਡਿਤ ਜੀ ਇਹਦੀ ਵੀ ਕੁਸ਼ਤੀ ਕਰਵਾ ਦਿਓ ਕਿਉਂਕਿ ਆਪਾਂ ਹੌਸਲਾ ਵਧਾਉਣਾ ਇਹਨਾਂ ਗੱਭਰੂਆਂ ਦਾ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਜਿਵੇਂ ਬਲਵਿੰਦਰ ਸਿੰਘ ਹੋਣਾ ਨੇ ਇਨਾਮ ਰੋਸ਼ਨ ਕੀਤਾ, ਜਿੱਗਲ ਸਾਹਿਬ ਰਣਜੀਤ ਸਿੰਘ ਹੋਣਾ ਨੇ ਇਨਾਮ ਰੋਸ਼ਨ ਕੀਤਾ। ਮੈਂ ਬੇਨਤੀ ਕਰਦਾ 5-2-8 ਨੰਬਰ ਲਾਲਾ ਮੁਕੰਦਪੁਰ ਮੁਸ਼ਤਾਕ ਅਲੀ ਬਾਹਰ ਜ਼ਿਲ੍ਹਾ ਇਹ ਦੋਵੇਂ ਪਹਿਲਵਾਨ ਜਲਦੀ ਤੋਂ ਜਲਦੀ ਅਖਾੜੇ ਦੇ ਵਿੱਚ ਆਉਣ। ਲਾਲਾ ਮੁਕੰਦਪੁਰ ਅਤੇ ਮੁਸ਼ਤਾਕ ਅਲੀ ਕਹਿੰਦੇ ਵੀ ਦੋਵੇਂ ਕੁਝ ਮੱਲ ਆਓ ਜਲਦੀ ਤੋਂ ਜਲਦੀ ਇਹ ਗੁਰੂ ਜੀ ਦੇ ਟੱਪਣੀ ਇਹ ਪਹਿਲੇ ਜਾਣ ਖੜੱਪ ਕਹਿੰਦੇ ਵਾਰੀ ਚੋਟੀ ਦੇ ਮੱਲ ਪੁੱਜੇ ਆ। ਪਿਛਲੇ 23 ਮਹੀਨਿਆਂ ਤੋਂ ਵੱਡੀ ਮਿਹਨਤ ਕੀਤੀ ਹੈ ਸਿੰਘ ਕੈਨੇਡਾ ਜਗੀਰ ਸਿੰਘ ਜੀ ਯੂਕੇ ਸਰਪੰਚ ਜਗਵਿੰਦਰਪਾਲ ਸਿੰਘ ਜੀ ਆਪਾਂ ਧੰਨਵਾਦ ਕਰਦੇ ਹਾਂ। ਰਣਜੀਤ ਸਿੰਘ ਜੀ ਝਿੰਗੜ, ਬਲਵਿੰਦਰ ਸਿੰਘ ਜੀ ਝਿੰਗੜ ਸੋਢੀ ਭਾਜੀ ਉੱਧਰ ਖੇਡੇ ਮਿੱਠੇ ਜਲ ਲੱਗੇ ਦੁੱਧ ਪਕਾਇਆ ਜਾ ਰਿਹਾ ਕੈਨੇਡਾ ਵਾਲੀ ਟਰੰਟੋ ਵਾਲੀ ਸਾਡੇ ਤੋਂ ਸਾਡੇ ਵੱਡੇ ਵੀਰ ਆਪਾਂ ਧੰਨਵਾਦ ਕਰਦੇ ਹਾਂ। ਕਮਲਜੀਤ ਖੋਡੇ ਭਾਜੀ ਹੋਣਾ ਦਾ ਲੱਖਾ ਸਿੰਘ ਬਲਵਿੰਦਰ ਗੋਇਲ ਬਹਾਦਰ ਸ਼ੇਰਗਿੱਲ ਕੁਲਵਿੰਦਰ ਕੈਨੇਡਾ ਕੁਲਜੀਤ ਕੈਨੇਡਾ ਅਵਤਾਰ ਸਿੰਘ ਜੀ ਸ਼ੇਰਗਿੱਲ ਨਮਸਕਾਰ ਸੇਵਾ ਕਰਦੇ ਹੈ ਜਿਹੜੇ ਉਹਨਾਂ ਵਾਸਤੇ ਮੈਨੂੰ ਲੱਗਦਾ ਉਹਨਾਂ ਨੇ ਹਰ ਸਾਲ ਦੀ ਤਰ੍ਹਾਂ ਮਾਇਆ ਦੇ ਜੱਥੇ ਭੇਜੇ ਆਪਾਂ ਧੰਨਵਾਦ ਕਰਦੇ ਹਾਂ। ਮੁਸ਼ਤਾਕ ਅਲੀ ਮੇਰੇ ਵੀਰ ਜਲਦੀ ਤੋਂ ਜਲਦੀ ਆਓ ਖਾਣੇ ਦੇ ਵਿੱਚ ਹਾਂਜੀ ਸੂਰਜ ਰੁੜਕਾ ਤੇ ਕੰਗਣੀਵਾਲ ਦਾ ਪਰਿਵਾਰ ਸਾਡੇ ਗੁਰਦਾਵਰ ਭਾਜੀ ਦੇ ਨਾਲ ਸੰਪਰਕ ਕਰਨ ਅੰਕਾਰ ਅੰਕਾਰ ਕੰਗਣੀਵਾਲ ਤੇ ਸੂਰਜ ਰੁੜਕਾ ਉਹਨਾਂ ਨੂੰ ਬੇਨਤੀ ਆ ਵੀ ਉਹ ਸੰਪਰਕ ਕਰਨ। ਹਰਮਨ ਅਖਬਰੇ ਵਾਹ ਝਿੰਗਰਾਂ ਦੀ ਧਰਤੀ ਨਹੀਂ ਉੜੀਸਾ ਡਬਲ ਗਈ ਆ ਜਾਂ ਕੋਈ 40 ਵੋਲਟ ਦਾ ਭਰਿਆ ਹੋਇਆ ਕਰੰਟ ਦੇਖੋ ਉੱਪਰਲੇ ਪਾਸੇ ਔਰ ਅਗਲੇ ਤੋਂ ਟੋਟਾ ਨੂੰ ਲੱਗਦਾ ਹੋ ਧੌਣ ਦੇ ਲਗਭਗ ਆਰ ਪਾਰ ਦੀ ਲੜਾਈ ਉਹ ਸਾਹਮਣੇ ਦੇਖੋ ਦਰਸ਼ਕ ਜੀ ਆ ਲਗਾ ਜੋਰ ਪੂਰਾ ਇਹ ਜੋਰ ਦੀ ਜਵਾਨੀ ਉਮਰਾਂ ਦੀ ਖੇਡ ਹੈ ਇਹਦੇ ਵਿੱਚ ਹੁੰਦਾ ਕਹਿੰਦੇ ਔਰ ਸਾਨਾ ਵਾਲਾ ਭੀੜ ਹੈ ਇਹਦੇ ਵਿੱਚ ਹੁੰਦਾ ਕਹਿੰਦੇ ਸਾਨਾ ਵਾਲਾ ਭੀੜ ਹੈ। ਤਰਲੋਚਨ ਸਿੰਘ ਜੀ ਲਾਲ ਸਟੂਡੀਓ ਇਹ ਵੀ ਲਾਈਵ ਦਿਖਾ ਰਹੇ ਨੇ ਇੱਧਰ ਜੱਸੀ ਹੈ ਔਰ ਝਿੰਗੜਾਂ ਦੀ ਧਰਤੀ ਹੈ ਕਹਿੰਦੇ ਵੀ ਇਹ ਧਰਤੀ ਮੱਲਾਂ ਦੀ ਧਰਤੀ ਕਬੱਡੀ ਖਿਡਾਰੀਆਂ ਦੀ ਧਰਤੀ ਉਹੀ ਕਹਿੰਦੇ ਵੀ ਧਰਤੀ ਤੇ ਆ ਜੱਸੀ ਨੌਜਵਾਨ ਜੇਕਰ ਮਿਹਨਤ ਕਰਦਾ ਰਿਹਾ ਔਰ ਬੜੇ ਸਮਿਆਂ ਦੇ ਵਿੱਚ ਇਸੇ ਤਰ੍ਹਾਂ ਇਹ ਵੀ ਵੱਡੇ ਜ਼ੋਰ ਦਿਖਾਵੇਗਾ। ਆਓ ਦੇਖੋ ਉੱਪਰਲੇ ਪਾਸੇ ਮੈਂ ਦੇਖਦਾ ਬਈ ਬੜੀ ਸ਼ਾਨਦਾਰ ਕੁਸ਼ਤੀ ਤੇ ਨਾਲ ਹੀ ਮੈਂ ਬੇਨਤੀ ਕਰਦਾ ਬਈ ਹਰਮਨ ਅਖਾੜਾ ਭੂਆ ਤੌੜੀ ਤੇ ਗੁਰਮਨ ਅਖਾੜਾ ਮਾਰੋਵਾਲ ਰਾਣਾ ਭਾਜੀ ਆਓ ਜਲਦੀ ਤੋਂ ਜਲਦੀ ਦੋਨੇ ਮੱਲ ਜਿਹੜਾ ਦੇਈ ਤੇ ਜੱਸੀ ਜੱਸੀ ਪੂਰਾ ਨਾਮ ਕੀ ਹੈ ਬਾਈ ਹਰੀ ਬਹਿਰਾਮ ਤੇ ਜੱਸੀ ਦੋਨੇ ਦੇ ਵਿਚਾਰ ਕੁਸ਼ਤੀ ਹੋਈ ਜੱਸੀ ਜੇਤੂ ਰਿਹਾ ਇੱਕ ਵਾਰੀ ਜ਼ੋਰ ਨਾਲ ਤਾੜੀਆਂ ਮਾਰਦੇ ਇਸੇ ਨਗਰ ਦਾ ਨੌਜਵਾਨ ਗੁਰੂ ਜੀ ਦੇ ਕੱਪੜੇ ਕੇਲੇ ਜਾਣ ਛੜਪ ਹਾਂਜੀ ਹਰਮਨ ਅਖਾੜਾ ਨੂੰ ਵਾਤਾਵਰੀ ਆ ਗਿਆ ਬਈ ਹਰਮਨ ਆ ਗਿਆ ਗੁਰਮਨ ਇਹ
ਰਮਨ ਗਊਸ਼ਾਲਾ। ਹਾਂਜੀ ਰਮਨ ਗਊਸ਼ਾਲਾ ਤੇ ਮੱਕਾ ਲੈ ਲਿਆ 11 ਨੰਬਰ ਉਸਦੀ ਰਮਨ ਅੱਜ ਕਹਿੰਦਾ ਖਾੜਾ ਭੂਆ ਤਾਂ ਬੜੀ ਅਰਮਨ ਅੱਜ ਕਹਿੰਦਾ ਤਾਂ ਆ ਗਿਆ ਗੁਰਮਨ ਗੁਰਮਨ ਭਾਗੋਵਾਲ ਖਾੜਾ ਰਾਣੇ ਭਾਜੀ ਦਾ ਗੁਰਮਨ ਆ ਗਿਆ ਗੁਰਮਨ ਖੇਤੀ ਆ ਜਾ ਬਈ ਰਮਨ ਗਊਸ਼ਾਲਾ ਵਾਲਾ ਆ ਗਿਆ ਤੇ ਮੱਕਾ ਲੈ ਲਿਆ ਅੱਗੇ ਆ ਜਾ ਵੀ ਜਲਦੀ ਹੈਲੋ ਹਾਂਜੀ ਬਹੁਤ ਬਹੁਤ ਧੰਨਵਾਦ ਸੇਤੇ ਬਣੀ ਹੈ ਜ਼ਿੰਮੇਵਾਰੀਆਂ ਬਲਵਿੰਦਰ ਸਿੰਘ ਜੀ ਚੰਗੜ ਰਣਜੀਤ ਸਿੰਘ ਜੀ ਚੰਗੜ ਬਹਾਦਰ ਸਿੰਘ ਜੀ ਸ਼ੇਖਲ ਸਾਡੇ ਬਿੱਟੂ ਭਾਜੀ ਆ ਜਾ ਜੀ ਮੱਕਾ ਲੈ ਲਿਆ ਮੈਂ ਯਾਰੀ ਰਮਨ ਗਊਸ਼ਾਲਾ ਰਮਨ ਹੱਥ ਕਿਹੜਾ ਕਰਦੇ ਬਈ ਇਹ ਮੱਕਾ ਲਾਲ ਲਗੋਟ ਦੇ ਵਿੱਚ ਰਮਨ ਨੀਲੇ ਲਗੋਟ ਦੇ ਵਿੱਚ ਹੈ ਬੜੀ ਵਧੀਆ ਸ਼ਾਨਦਾਰ ਕੁਸ਼ਤੀ ਜਿਹੜੀ ਸ਼ੁਰੂ ਹੋਣ ਜਾ ਰਹੀ ਹੈ ਹਾਂਜੀ 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 ਲੋਰੀ ਚੱਲੇ ਹੁਣ ਵਾਹਿਗੁਰੂ ਜੀ ਦਾ ਖਾਲਸਾ ਬਣ ਗਏ ਮਹਾਰਾਜ ਬਿਕਮ ਪਾਸੇ ਤੋਂ ਉਹਨਾਂ ਚਾਹ ਹੋਈ ਪ੍ਰਭੂ ਨੇ ਸਾਰੇ ਅੱਜ ਦਾ ਸ਼ਹਿਰ ਮੇਲਾ ਕਹਿੰਦਾ ਰਹੇ ਵੀਰਾਂ ਦੇ ਸਹਿਯੋਗ ਦੇ ਨਾਲ ਨਗਰ ਵਾਸੀਆਂ ਦੇ ਬਾਲੇ ਨਾਲ ਸੁਜੋਗ ਕਰਵਾਇਆ ਜਾ ਰਿਹਾ ਹੈ ਫਿਰ ਦੇ ਨਮਕਰਮ ਵੱਲੋਂ ਆਪਣਾ ਆਪਣੀਆਂ ਪੱਟੀਆਂ ਚੋਂ ਢਾਲ ਇਕੱਠੀ ਕਰਕੇ ਜੋ ਇਹ ਸਹਿਜ ਮੇਲੇ ਵਾਸਤੇ ਦਿੱਤੀ ਗਈ ਹੈ ਜੋ ਇਹਨਾਂ ਨੇ ਵੀਰਾਂ ਨੇ ਮਾਹ ਪੈਸੇ ਪਾਏ ਆ ਉਹਦੇ ਬਾਰੇ ਤੁਹਾਨੂੰ ਜਾਣੂ ਕਰਵਾਉਣਾ ਚਾਹੁੰਦਾ ਚੜ੍ਹਦੀ ਪੱਟੀ ਤੋਂ ਨੰਬਰਦਾਰ ਸਲਾਹ ਬਾਬਾ ਸਿੰਘ ਜੀ ਬਾਨਵੇਂ 1500 ਰੁਪਈਏ ਇਹਨਾਂ ਨੇ ਇਸ ਮੇਲੇ ਵਾਸਤੇ ਆਪਣੇ ਪੱਟੀ ਚੋਂ ਇਕੱਠੇ ਕਰਕੇ ਦਿੱਤੇ ਨੇ ਭਾਗਾ ਪੱਟੀ ਅਮਰਦਾਸ ਸਾਹਿਬ ਸਰਵਨ ਸਿੰਘ ਜੀ 41,400 ਰੁਪਏ ਭਾਗਾ ਪੱਟੀ ਸਾਰੇ ਸੰਗਤ ਵੱਲੋਂ ਦਿੱਤੇ ਗਏ ਨੇ ਲਹਿੰਦੀ ਪੱਟੀ ਗਰਮੀ ਸਿੰਘ ਜੀ ਨੰਬਰਦਾਰ 36,452 ਰੁਪਈਏ ਦਿੱਤੇ ਗਏ ਨੇ ਮਹੀਆ ਪੱਟੀ ਨੰਬਰਦਾਰ ਕਮਲਜੀਤ ਸਿੰਘ ਜੀ ਕਹਿਲੋ 1,19,000 ਰੁਪਏ ਜਿਹੜੇ ਸੰਗਤਾਂ ਦੀ ਮਾਇਆ ਆਈ ਹੈ ਮਹੱਲਾ ਵਾਸੀਆਂ ਦੇ ਜੋ ਨੰਬਰਦਾਰਾਂ ਨੇ ਪੱਟੀਆਂ ਦੇ ਬਹੁਤ ਦਿੱਤੇ ਗਏ ਨੇ ਮੋਟਰਸਾਈਕਲ ਦੀ ਸੇਵਾ ਤੀਰਥ ਸਿੰਘ ਜੀ ਸਪੁੱਤਰ ਅੰਗਦ ਸਿੰਘ ਜੀ ਸਪੁੱਤਰ ਤੀਰਥ ਸਿੰਘ ਜੀ ਸਪੁੱਤਰ ਸਾਹਿਬ ਮੰਗ ਪੋਤਰਾ ਮਗਰ ਸਿੰਘ ਜੀ ਆਸਟ੍ਰੇਲੀਆ ਵਾਲੇ ਪਰਿਵਾਰ ਵੱਲੋਂ ਇੱਕ ਮੋਟਰਸਾਈਕਲ ਦੀ ਸੇਵਾ ਦਿੱਤੀ ਗਈ ਆ ਗਗਨਦੀਪ ਸਿੰਘ ਜੀ ਸਪੁੱਤਰ ਜਗਦੀਪ ਸਿੰਘ ਜੀ ਇੱਕ ਸੋਨੇ ਦੀ ਮੁੰਡੀ ਜਿਹੜੀ 41,400 ਰੁਪਏ ਦੀ ਨਾਲ ਬਿੱਲ ਆਇਆ 41,400 ਰੁਪਏ ਦੀ ਮੁੰਡੀ ਦਿੱਤੀ ਗਈ ਆ 2100 ਰੁਪਏ ਨਾਲ ਦਿੱਤੇ ਗਏ ਹਨ ਸਾਡੇ ਪਰਿਵਾਰ ਵੱਲੋਂ ਜਹਿਰਾ ਰਣਜੀਤ ਸਿੰਘ ਸਰਪੰਚ ਤੀਰਥ ਸਿੰਘ ਜੀ ਜਾਮਣ 2,00,000 ਰੁਪਏ ਅੱਜ ਦੇ ਸਿੰਘ ਮੇਲੇ ਵਾਸਤੇ ਸਾਡੇ ਪਰਿਵਾਰ ਵੱਲੋਂ ਦਿੱਤੇ ਗਏ ਨੇ ਰਾਜਿੰਦਰ ਸਿੰਘ ਜੀ ਹੈਪੀ ਸਪੁੱਤਰ ਲੱਖਾ ਸਿੰਘ ਜੀ 1,50,000 ਰੁਪਏ ਅੱਜ ਦੇ ਮੇਲੇ ਵਾਸਤੇ ਸਿੰਘ ਮੇਲੇ ਵਾਸਤੇ ਦਿੱਤੇ ਗਏ ਨੇ ਚਾਹ ਪਕੌੜੇ ਦਾ ਲੰਗਰ ਖੁੱਲ੍ਹਾ ਚੱਲਦਾ ਅਗਲੇ ਸਾਲਾਂ ਲਈ ਮੋਟਰਸਾਈਕਲ ਦੀ ਗਈ ਆ ਸ਼੍ਰੋਤਾ ਠੇਕੇਦਾਰ ਚੂੜ ਸਿੰਘ ਜੀ ਕੈਨੇਡਾ ਵਾਲੇ ਪਰਿਵਾਰਾਂ ਵੱਲੋਂ ਅਗਲੇ ਸਾਲ 2 ਮੋਟਰਸਾਈਕਲ ਦੀ ਸੇਵਾ ਇਹਨਾਂ ਨੌਜਵਾਨਾਂ ਵੱਲੋਂ ਨਾਲ 50,000 ਨਗਦ ਰੁਪਏ ਦਿੱਤੇ ਗਏ ਨੇ ਸੋ ਸੋਨੀ ਸਿੰਘ ਜੀ ਪ੍ਰਧਾਨ ਕੁਲਜੀਤ ਸਿੰਘ ਜੀ ਕੈਨੇਡਾ 25,000 ਰੁਪਏ ਭੇਜ ਰਹੇ ਨੇ ਮੇਜਰ ਸਿੰਘ ਜੀ ਇਟਲੀ ਸਮੁੰਦਰ ਧਰਮ ਸਿੰਘ ਜੀ 25,000 ਰੁਪਏ ਸਿੰਘ ਮੇਲੇ ਵਾਸਤੇ ਭੇਜਦੇ ਨੇ ਬਲਵੀਰ ਸਿੰਘ ਜੀ ਬਿੱਟੋ 25,000 ਰੁਪਏ ਮੇਲੇ ਵਾਸਤੇ ਭੇਜਦੇ ਨੇ ਉਹਨਾਂ ਦੇ ਦੋਸਤ ਅੱਗੇ ਵੀ ਜਿੰਨੇ ਨਗਰ ਵਿੱਚ ਕੰਮਕਾਰ ਹੁੰਦੇ ਨੇ ਸਰਦਾਰ ਬਲਵੀਰ ਸਿੰਘ ਜੀ ਬਿੱਟੋ ਉਹਨਾਂ ਦੇ ਦੋਸਤ
ਹਰ ਸਾਲ ਜਿਹੜੀ ਵੱਡੀ ਮਾਇਆ ਇਸ ਨਗਰ ਵਾਸਤੇ ਭੇਜਦੇ ਨੇ। ਦੇਰ ਪਹਿਲਾਂ ਮਹਾਰਾਜਾ ਸਾਹਿਬ ਵਾਲਾ ਬੀਤਮ ਪਾਤਸ਼ਾਹ ਦੇ ਸਮੇਂ ਮੋਗਾ ਸਾਹਿਬ ਲਿਆਉਂਦੇ ਨੇ 25,000 ਰੁਪਇਆ ਨੌਜਵਾਨ ਦਿੱਤੇ ਗਏ ਨੇ। ਸਰਵਿੰਦਰ ਸਿੰਘ ਜੀ ਸੁੱਖਾ ਖਿਆਲਾ ਵਾਲਾ ਪਰਿਵਾਰ 25,000 ਰੁਪਈਏ ਭੇਜਦੇ ਨੇ। ਬਹਾਦਰ ਸਿੰਘ ਜੀ ਯੂਕੇ ਪੋਤੇ ਸਰਮਨ ਸਿੰਘ ਜੀ ਮਹਾਨਦਾਨੀ ਪਰਿਵਾਰ, ਬਹੁਤ ਸਾਰੇ ਹੋਰ ਵੀ ਕਾਰੋਬਾਰਾਂ ਵਾਸਤੇ ਸਰਦਾਰ ਬਹਾਦਰ ਸਿੰਘ ਜੀ ਵੱਡਾ ਯੋਗਦਾਨ ਪਾਉਂਦੇ ਨੇ, 25,000 ਰੁਪਏ ਭੇਜ ਰਹੇ ਹਨ। ਇੰਦਰਪਾਲ ਸਿੰਘ ਜੀ, ਸੁਰਿੰਦਰ ਮੋਹਨ ਸਿੰਘ ਜੀ ਇੰਗਲੈਂਡ ਵਾਲਾ ਪਰਿਵਾਰ 21,000 ਰੁਪਏ ਭੇਜਦੇ ਨੇ। ਗੁਰਜੀਤ ਸਿੰਘ ਜੀ ਜੀਤਾ, ਜਤਿੰਦਰ ਸਿੰਘ ਜੀ ਜਿੰਦਾ, ਯੋਗੇ ਸੁਰਿੰਦਰ ਤੀਰ ਸਿੰਘ ਜੀ ਯੋਗਾ ਪਰਿਵਾਰ 21,000 ਰੁਪਏ ਸਿੰਘ ਵੇਲੇ ਵਾਸਤੇ ਭੇਜਦੇ ਨੇ। ਕਲਵਿੰਦਰ ਸਿੰਘ ਜੀ, ਸੁਰਿੰਦਰ ਜੂੜ ਸਿੰਘ ਜੀ ਕੈਨੇਡਾ, ਠੇਕੇਦਾਰ ਪਰਿਵਾਰ 25,000 ਰੁਪਏ ਖੇਡ ਮੇਲੇ ਵਾਸਤੇ ਭੇਜਦੇ ਨੇ। ਬਲਜਿੰਦਰ ਸਿੰਘ ਜੀ ਮੰਡੇਰ ਚੰਗਰਾਮੂ ਤੋਂ, ਇਹ ਸਾਰੇ ਬਿੱਟੂ ਦੇ ਦੋਸਤ ਨੇ, 15,000 ਰੁਪਏ ਭੇਜਦੇ ਨੇ। ਚਰਨ ਸਿੰਘ ਜੀ ਨੰਬਰਦਾਰ, ਸ਼ਹੀਦ ਪਰਿਵਾਰ ਸ਼ਹੀਦ ਸਰਦਾਰਾ ਸਿੰਘ ਜੀ, ਇਹਨਾਂ ਦਾ ਬਹੁਤਾ ਨਾਲ ਗੇਟ ਦੇ ਉੱਪਰ ਲੱਗਿਆ ਹੋਇਆ। ਮਹਾਨ ਸ਼ਹੀਦ ਆਜ਼ਾਦ ਫੌਜ ਦੇ ਹੋਏ ਨੇ, ਉਹਨਾਂ ਪਰਿਵਾਰ ਵੱਲੋਂ 11,000 ਰੁਪਏ ਦਿੱਤੇ ਜਾ ਰਹੇ ਨੇ। ਪੁੱਤਰੀ ਬਹਾਦਰ ਸਿੰਘ ਜੀ 2,100 ਰੁਪਏ, ਹਰਦੀਪ ਸਿੰਘ ਜੀ ਪੱਗਾ ਮਾਲਾ 1,300 ਰੁਪਏ, ਹਰੀ ਸਿੰਘ ਜੀ ਸ਼ੇਰਗਲ 1,100 ਰੁਪਏ, ਵੀਰ ਜੀ 200 ਰੁਪਏ, ਹਰਜਿੰਦਰ ਸਿੰਘ ਸੋਢੀ ਸਿੰਘ 3,100 ਰੁਪਏ, ਕਮਲਜੀਤ ਸਿੰਘ ਜੀ ਕੈਰੋ 2,100 ਰੁਪਏ, ਰਘੁਨਾਥ ਸਿੰਘ ਜੀ ਢਿੱਲੋਂ 1,100 ਰੁਪਏ, ਭੁਪਿੰਦਰ ਸਿੰਘ ਢਿੱਲੋਂ 1,100 ਰੁਪਏ, ਅਮੋਲਕ ਸਿੰਘ ਢਿੱਲੋਂ 2,100 ਰੁਪਏ ਭੇਜਦੇ ਹਨ। ਬਹੁਤ ਬਹੁਤ ਧੰਨਵਾਦ। ਅਜੈਬ ਸਿੰਘ, ਸੁਰਿੰਦਰ ਠਾਕਰ ਸਿੰਘ ਜੀ 1,100 ਰੁਪਏ, ਸਤਵਿੰਦਰ ਸਿੰਘ ਜੀ ਖੁੰਡਾ 1,100 ਰੁਪਏ, ਮਹਿੰਦਰ ਸਿੰਘ ਜੀ ਫੌਜੀ ਪਰਿਵਾਰ 1,100 ਰੁਪਏ, ਊਧਮ ਸਿੰਘ, ਸੁਰਿੰਦਰ ਗੁਰਨੈਲ ਸਿੰਘ ਜੀ 1,100 ਰੁਪਏ, ਮੱਖਣ ਸਿੰਘ, ਸੁਪੁੱਤਰ ਊਧਮ ਸਿੰਘ ਜੀ ਕੈਨੇਡਾ 1,400 ਰੁਪਏ, ਬੀਬੀ ਰੇਸ਼ਮ ਕੌਰ, ਪਤਨੀ ਭਜਨ ਸਿੰਘ ਜੀ 1,100 ਰੁਪਏ, ਡਾਕਟਰ ਅਮਨਜੀਤ 500 ਰੁਪਏ, ਤੀਰਥ ਰਾਮ ਦਾਸ ਸਿੰਘ ਜੀ ਟੇਕਾ ਪਰਿਵਾਰ ਕੈਨੇਡਾ 51,100 ਰੁਪਏ, ਲਖਦਤਾ ਪੀਰ ਕਮੇਟੀ ਵੱਲੋਂ 1,100 ਰੁਪਏ, ਤੀਰਥ ਸਿੰਘ, ਸੁੰਦਰ ਪ੍ਰਕਾਸ਼ ਰਾਮ ਜੀ 2,100 ਰੁਪਏ ਭੇਜਦੇ ਹਨ। ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਤਰਜੀਵਨ ਸਿੰਘ ਜੀ ਪ੍ਰਿੰਸੀਪਲ ਸਾਹਿਬ 2,100 ਰੁਪਏ ਭੇਜਦੇ ਨੇ, ਬਹੁਤ ਬਹੁਤ ਧੰਨਵਾਦ। ਮੋਹਨ ਸਿੰਘ ਜੀ ਫੌਜੀ ਪਿੰਡ ਲੜੋਵਾ ਤੋਂ 500 ਰੁਪਏ ਭੇਜਦੇ ਨੇ। ਸਰ ਗੁਰਦੀਪ ਸਿੰਘ ਜੀ ਕਾਨੂੰਗੋ ਸਾਹਿਬ, ਬਹੁਤ ਵੱਡੀਆਂ ਸੇਵਾਵਾਂ ਸਾਡੇ ਬੰਗਾਲ ਸੀਰ ਵਜੋਂ ਨਿਭਾਈਆਂ। ਅੱਜ ਉਹਨਾਂ ਦਾ ਬੇਟਾ ਬੜਾ ਬਰੰਗੀਆ ਮਸ਼ਹੂਰ ਰਿਹਾ ਪ੍ਰਵਾਨ ਹੈ ਰਾਜਵੀਰ ਜੀ, ਉਹਨਾਂ ਵੱਲੋਂ ਵੀ 1,000 ਰੁਪਏ ਫਿਰ ਵਜੋਂ ਬਸ ਦਿੱਤੇ ਗਏ ਨੇ, ਬਹੁਤ ਬਹੁਤ ਧੰਨਵਾਦ। ਸੰਤੋਖ ਸਿੰਘ ਜੀ ਟੰਡਾ 1,100 ਰੁਪਏ ਭੇਜਦੇ ਨੇ, ਬਹੁਤ ਬਹੁਤ ਧੰਨਵਾਦ। ਮਹਾਰਾਜ ਪ੍ਰੀਤਮ ਵਿਦਾਸ ਜੀ ਦੇ ਪਰਿਵਾਰ ਵੱਲੋਂ ਤਹਿ ਦਿਲੋਂ ਧੰਨਵਾਦ। ਕਿਸੇ ਨਵੀਂ ਸੱਜਣ ਦਾ ਨਾਮ ਕਿਸੇ ਕੰਮ ਕਰਕੇ ਕਿਸੇ ਲੰਬੜਦਾਰ ਤੋਂ ਜਾਂ ਪ੍ਰਬੰਧਕਾਂ ਤੋਂ ਲਿਖਣ ਤੋਂ ਰਹਿ ਗਿਆ ਹੋਵੇ, ਉਹ ਆਪਾਂ ਦੱਸ ਕੇ ਵੀ ਲੋਕ ਸੁਣਾ ਸਕਦੇ ਹਾਂ। ਜੇ ਕੋਈ ਕਮੀ ਪੇਸ਼ੀ ਹੈ ਰਹਿ ਗਿਆ ਹੋਵੇ ਤਾਂ ਦੱਸ ਸਕਦੇ ਹਾਂ, ਕੋਈ ਪਰਿਵਾਰ ਦੀ ਸੇਵਾ ਆਈ ਹੋਵੇ ਹੋਰ ਵੀ ਗੌਰਵ ਆਪਾਂ ਨੋਟ ਕਰ ਸਕਦੇ ਹਾਂ। ਹੋਰ ਵੀ ਜੋ ਮਾਇਆ ਫਿਰਨ ਵੀ ਆਈ ਆ ਉਹ ਤੁਹਾਨੂੰ ਥੋੜੀ ਦੇਰ ਬਾਅਦ ਜਾਣੂ ਕਰਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਭਾਸ਼ਾ ਦੇ ਵਿੱਚ ਹਾਂਜੀ ਬਾਜੀ ਬੇਨਤੀ ਹੈ
ਅਜੇ ਵਾਰ ਦੀ ਕੁਸ਼ਤੀ ਹੋਣੀ ਸੀਗੀ ਪਰ ਲੰਗਲਾ ਦੇ ਵਿੱਚ ਜੱਸੇ ਪੱਟੀ ਦੇ ਨਾਲ ਘੁੱਲਦੇ ਉਸ ਮਲ ਦੇ ਖੱਬੀ ਬਾਂਹ ਦੇ ਉੱਪਰ ਬਹੁਤ ਕਸੂਤੀ ਦੇ ਸੱਟ ਲੱਗੇ। ਇਸ ਕਰਕੇ ਅੱਜ ਉਹਦੀ ਜਗ੍ਹਾ ਮਲ ਘੁੱਲਦੇ ਦੇ ਕੌਣ ਆ ਰਿਹਾ ਹੈ ਕਦੋਂ ਦਾ ਗੁੱਜ ਜੇ ਪਹੁੰਚ ਗਿਆ ਮਨ ਨੂੰ ਬੇਨਤੀ ਹੈ ਬੰਦੀ ਆਓ ਖਾਲੇ ਪਾਤਸ਼ਾਹ ਦੇ ਵਿੱਚ ਆਪਾਂ ਲਗਭਗ 5 ਵਜੇ ਜਿਹੜੀ ਤਿੰਨ ਨੰਬਰ ਦੀ ਕੁਸ਼ਤੀ ਕਰਾਉਣੀ ਹੈ ਇਹਨਾਂ ਮਲਾਂ ਨੂੰ ਬੇਨਤੀ ਹੈ ਬੰਦੀ ਖਾਲੇ ਪਾਤਸ਼ਾਹ ਦੇ ਵਿੱਚ ਆਉਣ ਦੀ ਕਿਰਪਾਲਤਾ ਕਰੋ। ਗਣੇਸ਼ ਮਹਾਰਾਸ਼ਟਰ ਜੇ ਮਲ ਪਹੁੰਚ ਗਿਆ ਤੇ ਅਖਾਲੇ ਪਾਤਸ਼ਾਹ ਤੇ ਆ ਕੇ ਬੈਠਣ ਦੀ ਕਿਰਪਾ ਕਰੇ। ਆ ਢੋਲਾ ਕਸਰੀ ਤੇ ਕਾਲ ਬਾਬਾ ਫਲਾਈ ਇਹਨਾਂ ਮਲਾਂ ਨੂੰ ਬੇਨਤੀ ਹੈ ਕਿ ਬੰਦੀ ਆਓ ਅਖਾਲੇ ਪਾਤਸ਼ਾਹ ਦੇ ਵਿੱਚ ਉਹਨੂੰ ਕਹੀ ਆਪਣੇ ਸੇਵਾ ਮਹਾਰਾਸ਼ਟਰ ਇਹਨਾਂ ਸ਼ੇਆਂ ਦੇ ਸ਼ੇ ਮਲਾਂ ਨੂੰ ਬੇਨਤੀ ਹੈ ਬੰਦੀ ਅਖਾਲੇ ਚ ਆ ਕੇ ਮਾਤਮ ਹੋਣ ਦੀ ਕਿਰਪਾਲਤਾ ਕਰੋ। ਹਾਂਜੀ ਢੋਲ ਬੰਦ ਕਰੋ ਮੰਜਾ ਆ ਕੌਣ ਇਹ ਆ ਭੋਲਾ ਕਾਸਰੀ ਬਹੁਤ ਵਧੀਆ ਮੱਲ ਹੈ ਔਰ ਲਗਭਗ ਜਿਹੜੀ 22-23 ਸਾਲ ਦੀ ਉਮਰ ਹੈ ਮੱਲ ਦੀ ਔਰ ਵਧੀਆ ਰਿਕਾਰਡ ਹੈ। ਮੱਲਾਂ ਨੂੰ ਬੇਨਤੀ ਹੈ ਮੰਜੀ ਆ ਜਾਓ ਖਾਲੇ ਦੇ ਵਿੱਚ ਰਿੰਕੂ ਦੇ ਨਾਲ ਅਸੂ ਮੰਜੀ ਆਓ ਖਾਲੇ ਚ ਹਾਜ਼ਰੀ ਕਰਨੀ ਹੈ ਰਜਾਕ ਅਖਾੜਾ ਲਲੀਆ ਵੀਰੇ ਜਿਹਨਾਂ ਦੀਆਂ ਪਰਚੀਆਂ ਲਿਖੀਆਂ ਅਖਾੜੇ ਪਿਆ ਕਰੋ ਹਾਜ਼ਰੀਆਂ ਕਰਾ ਕੇ ਆਪਾਂ ਕੁਸ਼ਤੀ ਕਰਾਉਣੀ ਹੈ ਰਜਾਕ ਲਲੀਆ ਤਿਆਰੀ ਕਰਕੇ ਬੰਦੀ ਆ ਜਾਓ ਖਾਲੇ ਚ ਇਸ ਤੋਂ ਅਗਲੀ ਜਿਹੜੀ ਏ ਦੀ ਕੁਸ਼ਤੀ ਹੈ ਇਮਰਾਨ ਲਲੀਆ ਤੇ ਆਰੀਆ ਰਾਏਪੁਰ ਡੱਬਾ ਇਸ਼ਾਂਤ ਬਾੜੋਵਾਲ ਤੇ ਨਰਿੰਦਰ ਫੁਗਾਲ ਰਾਣੇ ਦਾ ਬਾਜ ਅਖਾੜਾ ਆਲਮਗੀਰ ਬੰਦੀ ਆ ਦੋ ਸਹਿਬਾਜ ਅਖਾੜਾ ਆਲਮਗੀਰ ਹਾਜ਼ਰੀ ਹੋਣੀ ਹੈ ਬਾਜੀ ਆ ਦੋ ਜਲਦੀ ਕਿ ਬਾਜਾ ਮਾਰੀਆ ਬੁਲਾਇਆ ਕਈ ਵਾਰ ਮੈਂ ਉਹ ਫੈਸਲਾ ਉੱਧਰ ਹੋਣਾ ਜੀ ਮੈਨੂੰ ਸਖ਼ਤ ਜਿਹੜੀ ਹਦਾਇਤ ਹੈ ਤੇ ਸੂਰਜ ਫੁਵਾੜਾ ਸੁਣਦੇ ਹੈਗਾ ਸੁਣਦੇ ਸੂਰਜ ਫੁਵਾੜਾ ਮੈਂ ਤੇਰੇ ਕੋਲ ਅਜੀ ਕਿੱਥੇ ਬਣਦਾ ਸੂਰਜ ਫੁਵਾੜਾ ਉਹ ਵੀ ਬਾਹਰ ਹੈ ਹੁਣ ਹਾਜ਼ਰੀਆਂ ਦੀ ਹੋਈ ਆ ਤਿਆਰੀ ਕਰਕੇ ਆਓ 10-10 ਮਿੰਟ ਦਾ ਸਮਾਂ ਹੈ ਆ ਵੀ ਡਾਲੀ ਅਖਾੜੇ ਚ ਡਾਲੀ ਨਾਗ ਡਾਲੀ ਆ ਗਿਆ ਲਾਰੀ ਆ ਗਿਆ
ਆਰਿਆ ਕੋਲ ਜੇ ਸੱਟ ਲੱਗ ਕੇ ਫੇਰ ਕਰ ਸਟਾਪ ਮਾਰ ਆਈ ਹੋ ਬਹੁਤ ਹੋਈ ਸਿਵਲ ਨੂੰ ਗੰਗ ਬੋਲ ਕਸ਼ਮੀਰ ਸਿੰਘ ਜੀ ਬੱਪੂ ਲਾਲ ਮਜਾਰੇ ਤੋਂ 1000 ਰੁਪਏ ਸਿੰਘ ਮੇਲੇ ਵਾਸਤੇ ਭੇਜਦੇ ਹਾਂ ਮਾਲਵਾ ਦਰਬਾਰ ਸਾਡੇ ਸਵਰਗਵਾਸੀ ਪ੍ਰਕਾਸ਼ ਸਿੰਘ ਜੀ ਲੰਬਦਾਰ ਪਰਿਵਾਰ ਉਹਨਾਂ ਦੇ ਬੇਟੇ ਵੱਲੋਂ ਆਪਣੇ ਪਿਤਾ ਦੀ ਯਾਦ ਦੇ ਵਿੱਚ ਸਿੰਘ ਮੇਲੇ ਵਾਸਤੇ ਆਰੀ ਦੀ ਮੰਗਾ ਜੀ ਆਪਣਾ ਬਾਬਾ ਜੀ ਲੱਖਾ ਸਿੰਘ ਸਹਿਯੋਗ ਦਿਓ ਜੀ ਨਾਲ ਜਿਹੜੇ ਮਨਸੂਬਾ ਯਾਰ ਮਨਜੀਤ ਬਾਬਾ ਜੀ ਚੌੜਾ ਕੁਸ਼ਤੀ ਕਰਦੀ ਕਿ ਨਹੀਂ ਸਾਨੂੰ ਦੱਸਿਓ ਯਾਰ ਕਰਦੇ ਜੀ ਵਾਰ ਵਾਰ ਬੇਨਤੀ ਥੋੜੀ ਆਪਾਂ ਕਰਨੀ ਹੈ ਰਾਜਸ਼ਰ ਬਾਬਾ ਜੀ ਵਾਰ ਵਾਰ ਸ਼ੀਪਾ ਬਾਬਾ ਜੀ ਕਰ ਆਈ ਪੀ ਆਰ ਦੀ ਕੁਸ਼ਤੀ ਕਰਾਓ ਜੀ ਬਹੁਤ ਵੱਡੇ ਪੱਧਰ ਤੇ ਕੁਸ਼ਤੀ ਸ਼ੁਰੂ ਹੋਣ ਲੱਗੀ ਹੈ ਰਾਜਵੀਰ ਬੀਏਬੀ ਇੱਕ ਵਾਰ ਅਟਕੜਾ ਕਰੇ ਪੰਜਾਬ ਪੁਲਿਸ ਦੇ ਵਿੱਚ ਵੱਡੀ ਡਿਊਟੀ ਨਿਭਾਉਂਦਾ ਸਿੱਖ ਸਰਦਾਰ ਗੱਭਰੂ ਹੈ ਸਾਬੀ ਪਹਿਲਵਾਨ ਜੀ ਮਾਲੋ ਮਜਾਰਾ ਸਾਡੇ ਬਿਲੋ ਪੱਟਰ ਜੀ ਕੁਸ਼ਤੀ ਦੀ ਦੇਖ ਰੇਖ ਕਰਨਗੇ 21000 ਦੀ ਕੁਸ਼ਤੀ ਜਿਹੜੀ ਸ਼ੁਰੂਆਤ ਹੋਣ ਲੱਗੀ ਹੈ ਵੱਡੀ ਕੁਸ਼ਤੀ ਸ਼ੁਰੂਆਤ ਹੋਣ ਲੱਗੀ ਹੈ ਟਾਈਸਨ ਪਹਿਲਵਾਨ ਜੀ ਬਣ ਵਾਲੋ ਸ਼ੀਪਾ ਕਰ ਸ਼ੰਕਰ ਟਾਈਸਨ ਪਹਿਲਵਾਨੀ ਆਪਾਂ ਭਾਜੀ ਸ਼ੀਪਾ ਪਹਿਲਵਾਨੀ ਕਰ ਸ਼ੰਕਰ ਭੱਜ ਕੇ ਬਚਾਓ ਭਾਜੀ ਸਾਡੇ ਕੋਲ ਵਕਤ ਨਹੀਂ ਹੈਗਾ ਭੱਜ ਕੇ ਆ ਜਾਓ ਸਾਰੀਆਂ ਕੁਸ਼ਤੀਆਂ ਦੀ ਹੱਥ ਜੋੜੇ ਹੋ ਗਈ ਮੱਲਾ ਨੂੰ ਬੇਨਤੀ ਹੈ ਤਿਆਰੀ ਕਰ ਲਓ ਪਹਿਲੀ ਕੁਸ਼ਤੀ 21000 ਦੀ ਸ਼ੁਰੂ ਹੋਣ ਲੱਗੀ ਹੈ ਹੋਰ ਵੱਡੀ ਖੁਸ਼ੀ ਅੰਗਦ ਸਿੰਘ ਦੇ ਸਪੁੱਤਰ ਕੀਰਤ ਸਿੰਘ ਜੀ ਪੁੱਤਰ ਮੰਗਲ ਸਿੰਘ ਜੀ ਇਹਨਾਂ ਵੱਲੋਂ ਜਿੱਥੇ 81000 ਦਾ ਮੋਟਰਸਾਈਕਲ ਦਿੱਤਾ ਗਿਆ 7000 ਰੁਪਏ ਦੀ ਸੇਵਾ ਹੋਰ ਆਈ ਆ ਕੀਰਤ ਸਿੰਘ ਜੀ ਸੀਨੀਅਰ ਵਾਲਾ ਪਰਿਵਾਰ 7000 ਰੁਪਏ ਹੋਰ ਉਹਨਾਂ ਦਾ ਭਾਂਡਿਆ ਲੈ ਕੇ ਆਇਆ ਮਾਣ ਤੋਂ ਮੈਂ ਬਹੁਤ ਬਹੁਤ ਧੰਨਵਾਦ ਪਰਿਵਾਰ ਬੋਲਦਾ ਆਪਾਂ ਆਪਣੇ ਜਿਹੜੀ ਆ ਟਰਾਫੀ ਦਾ ਮਾਣ ਸਨਮਾਨ ਜ਼ਰੂਰ ਹਾਸਲ ਕਰਨ
ਸੁਖਵਿੰਦਰ ਸਿੰਘ ਜੀ ਖਾਲਾ ਵਾਲਾ ਪਰਿਵਾਰ 25,000 ਰੁਪਏ, ਬਹਾਦਰ ਸਿੰਘ ਜੀ ਇੰਗਲੈਂਡ ਵਾਲਾ ਪਰਿਵਾਰ 25,000 ਰੁਪਏ, ਇੰਦਰਪਾਲ ਸਿੰਘ ਮੋਟਰਸਾਈਕਲ ਯੋਗੇ 21,000 ਰੁਪਏ, ਗੁਰਜੀਤ ਸਿੰਘ ਜੀਕਾ, ਜਗਿੰਦਰਜੀਤ ਸਿੰਘ ਜੀ ਡੇਰਾ ਯੋਗੇ, ਟੀਰ ਸਿੰਘ ਜੀ ਯੋਗਾ ਪਰਿਵਾਰ 21,000 ਰੁਪਏ, ਕੁਲਵਿੰਦਰ ਸਿੰਘ ਜੂੜ ਸਿੰਘ ਜੀ ਕੈਨੇਡਾ 25,000 ਰੁਪਏ, ਰਜਿੰਦਰ ਸਿੰਘ ਮੁੰਡੇਰ ਦਗਰਾ ਨੂੰ 15,000 ਰੁਪਏ ਸਾਰੇ ਆਈ ਜਾਂਦੇ ਹੁਣ ਦੁਬਾਰਾ ਕੋਈ ਬੋਲਣੇ ਔਖੇ ਵਿੱਚ ਲੋਸਣ ਵਾਲਿਆਂ ਨੇ ਪਹਿਲਵਾਨਾਂ ਦੀ ਕਰਨੀ ਸਾਡੇ ਲਈ ਔਖਾ ਹੋ ਜਾਣਾ ਦੁਬਾਰਾ ਨਾਂ ਨਹੀਂ ਬੋਲੇ ਜਾਣੇ ਜਿਹਨਾਂ ਨੂੰ ਬੇਨਤੀ ਕਰੀ ਜਾਂਦਾ ਵਾਰ ਵਾਰ ਗਿਆ ਪਾ ਕੇ ਆਪਣਾ ਮਨ ਸੁਣਾ ਲੈਣ ਬੜਾ ਸੋਹਣ ਜੀ ਧਰਮਨ ਸਿੰਘ ਜੀ ਨੰਬਰਦਾਰ 11,000 ਰੁਪਏ ਸਾਰਵਰ ਸਿੰਘ ਨਗਰੀਆ ਪਰਿਵਾਰ 12,500 ਰੁਪਏ ਗੁਰਵਿੰਦਰ ਸਿੰਘ ਗਲੋੜਾ 11,000 ਰੁਪਏ ਗੁਰਮੀਤ ਸਿੰਘ ਨੰਬਰਦਾਰ 10,000 ਰੁਪਏ ਅਮਨਦੀਪ ਸਿੰਘ ਜੋਗਾ ਸਿੰਘ ਬਰਾਬਰ 11,000 ਰੁਪਏ ਦਵਿੰਦਰ ਸਿੰਘ ਗੁਰਵਿੰਦਰ ਸਿੰਘ ਸੋਦਰ ਗੁਰਦੇਵ ਸਿੰਘ ਜੀ 5,000 ਰੁਪਏ ਸੁਰਿੰਦਰ ਸਿੰਘ ਗੁਰਸੇਵ ਸਿੰਘ ਜਾਨਵਰ 5,000 ਰੁਪਏ ਚੂੜ ਸਿੰਘ ਜੰਗਲ ਸਿੰਘ 5,000 ਰੁਪਏ ਅਮਨਦੀਪ ਸੰਦੀਪ ਮਾਨਾ ਪਰਿਵਾਰ 5,000 ਰੁਪਏ ਲਕਸ਼ਮਣ ਸਿੰਘ ਜੀ ਕਾਫੀ ਚੌਧਰ ਸੋਡਰ ਰਾਮ ਜੀ 5,100 ਰੁਪਏ ਮੱਖਣ ਸਿੰਘ ਸੁੰਦਰ ਸਵਾਲਾ ਜੀ 2,100 ਰੁਪਏ ਇਹਨਾਂ ਨੇ ਪੈਸੇ ਦੇ 2,100 ਰੁਪਏ ਤੱਕ ਸੇਵਾ ਜੀ ਤੋਂ ਮਾਨਸਾ ਲਾ ਕੇ ਲੈ ਲਓ ਸਟੇਜ ਤੋਂ ਗੁਰਵਿੰਦਰ ਸਿੰਘ ਸੋਦਰ ਗੁਰਮੇਲ ਸਿੰਘ ਜੀ ਇਟਲੀ 5,500 ਰੁਪਏ ਹਰਬੰਸ ਲਾਲ ਸੋਦਰ ਜਗੈਲ ਅਮਰੀ ਚੌਕੀਦਾਰ ਪਰਿਵਾਰ 2,100 ਰੁਪਏ ਜੈਨਰ ਸਿੰਘ ਗਲਸੀ ਸਾਹਿਬ ਜੀ 2,500 ਰੁਪਏ ਡੇਰਾ ਛਪੜੀ ਬੀਬੀ ਰੇਸ਼ਮਾ ਜੀ ਇੱਕ ਫਟਕਾ 2,100 ਰੁਪਏ ਪ੍ਰਾਪਤ ਕਰੋ ਜੀ ਆਪਾਂ ਉਹਨੇ ਜਲਦੀ ਆ ਕੇ ਮਹਿੰਦਰ ਪਾਲ ਪੁੱਤਰ ਪੱਖੇ ਰਾਮ ਜੀ 2,100 ਰੁਪਏ ਜਸਪ੍ਰੀਤ ਸਿੰਘ ਸੁਪਤਰ ਅਮਰੀਕ ਸਿੰਘ ਇਟਲੀ ਵਾਲਾ ਪਰਿਵਾਰ ਮਾਨਾ ਪਰਿਵਾਰ 5,000 ਰੁਪਏ ਗੁਰਦੇਵ ਸਿੰਘ ਜੀ ਯੂਕੇ 2,500 ਰੁਪਏ ਰਾਜਵੀਰ ਸਿੰਘ ਜੀ ਸੁਪਤਰ ਬਿੰਦਰ ਜੀ ਕੇਬਲ ਟੀਵੀ ਵਾਲੇ 5,100 ਰੁਪਏ ਬਾਬਾ ਜਾਰੀ ਦੇ ਪਰਿਵਾਰ ਵਾਲੇ 2,100 ਰੁਪਏ ਸਹਿਦੀਪ ਸਿੰਘ ਜੀ ਸੁਪਤਰ ਰਜਿੰਦਰ ਸਿੰਘ ਕੈਨੇਡਾ 10,000 ਰੁਪਏ ਅਜੇਬ ਸਿੰਘ ਸੁਪਤਰ ਨਰਿੰਦਰ ਸਿੰਘ ਜੀ 5,100 ਸਿੰਘ ਢੋਲਾ ਯੂਐਸਏ 5,000 ਰੁਪਏ ਸੁਖਜੀਤ ਸਿੰਘ ਜੀ ਸੁਪਤਰ ਗੁਰਮੇਲ ਸਿੰਘ ਜੀ ਸੁਖਾ 2,100 ਰੁਪਏ ਹਰਜਿੰਦਰ ਸਿੰਘ ਜੀ ਸੋਢੀ 3,100 ਰੁਪਏ ਕਮਰਜੀਤ ਸਿੰਘ ਗਹਿਰਾ 2,100 ਰੁਪਏ ਅਮੋਲ ਸਿੰਘ ਢਿੱਲੋਂ 2,100 ਰੁਪਏ ਤਰੀਵਰ ਸਿੰਘ ਗਰਚਾ ਪ੍ਰਿੰਸੀਪਲ ਸਾਹਿਬ 2,100 ਰੁਪਏ ਗਰੀਬ ਦਾ ਜੀ ਯੂਐਸਏ ਵਾਲਾ ਪਰਿਵਾਰ 5,100 ਰੁਪਏ ਗਿਆਨ ਸਿੰਘ ਸੁਮਿੰਦਰ ਬਜਿੰਦਰ ਸਿੰਘ ਜੀ ਬੇਟੇ ਦੇ ਬਾਹਰ ਜਾਣ ਦੀ ਖੁਸ਼ੀ ਜੀ 2,100 ਰੁਪਏ ਉਹ ਤੋਂ ਬਾਅਦ ਅਵਨਾਰ ਸਿੰਘ ਜੀ ਟੇਕਾ ਪਰਿਵਾਰ ਗਰਿੰਦਰ ਵਾਲਾ ਪਰਿਵਾਰ 5,100 ਰੁਪਏ ਤੀਰ ਸਿੰਘ ਸੁਮਿੰਦਰ ਪ੍ਰਕਾਸ਼ ਰਾਮ ਜੀ 2,100 ਰੁਪਏ ਗੁਰਜੀਤ ਸਿੰਘ ਸੁਰਜੀਤ ਸਿੰਘ ਜੀ ਯੂਐਸਏ 2,100 ਰੁਪਏ ਗਰੇ ਵਾਲਾ ਪਰਿਵਾਰ ਸਰਬਜੀਤ ਸਿੰਘ ਜੀ ਮਾਮਾ ਸ਼ੇਰਗੜ 5,100 ਰੁਪਏ ਇਹ ਪ੍ਰਕਾਸ਼ ਸਿੰਘ ਨੰਬਰਦਾਰ ਜੀ ਪਰਿਵਾਰ ਵੱਲੋਂ 2,100 ਰੁਪਏ ਮੈਂ ਹੁਣ ਦੁਬਾਰਾ ਨੀ ਬੋਲਣੇ ਕਿ ਮੈਂ ਇੱਕ ਅੰਦਰ ਚੱਲ ਜਾਣਾ ਗਰਾਊਂਡ 'ਚ ਜਿਹਨਾਂ ਦੇ ਨਾਮ ਬੋਲੇ ਫਰ ਫਰੀ ਆ ਕੇ ਆਪਣਾ ਮਾਨ ਸਨਮਾਨ ਜ਼ਰੂਰ ਪ੍ਰਾਪਤ ਕਰਨ ਰਾਜਵੀਰ ਪਹਿਲਵਾਨ ਜੀ ਆਲਮਗੀਰ ਹੈਪੀ ਚੱਕ ਦਲਾਲ ਬੈਜਾਓ ਆ ਜਾਣੀ ਆ ਜਾਣੀ ਆ ਦੋ ਮਿੰਟ ਲੱਗਣੇ ਆ।
ਬਿਰਲਾ ਪਹਿਲਵਾਨ ਜੀ ਆਲਮਗੀਰ ਲੜਦਾ ਮਲ ਸਾਡੇ ਅਜੇ ਪਹਿਲਵਾਨ ਜੀ ਬਾਹਰ ਉਹਨਾਂ ਦੇ ਮਲ ਦਾ ਨਾਮ ਦੁਨੀਆਂ ਭਰ ਦੇ ਵਿੱਚ ਪ੍ਰਸਿੱਧ ਹੈ। ਗਣੇਸ਼ ਪਹਿਲਵਾਨ ਜੀ ਮਹਾਰਾਸ਼ਟਰ ਪਹਿਲਵਾਨ ਇੱਕ ਮਿੰਟ ਰੁਕ ਲਈ ਮੇਰਾ ਭਰਾ ਗਣੇਸ਼ ਪਹਿਲਵਾਨ ਜੀ ਜਗਤਾਪ ਮਹਾਰਾਸ਼ਟਰ ਭੱਜ ਕੇ ਵਜਾਵੇ ਹੱਥ ਜੋੜੀ ਦੇ ਲਈ ਮੋਨੂ ਦਈਆ ਭੱਜ ਕੇ ਵਜਾਓ ਮੋਨੂ ਦਈਆ ਦਿੱਲੀ ਹਰਮਨ ਪਹਿਲਵਾਨ ਜੀ ਆਲਮਗੀਰ ਭੱਜ ਕੇ ਵਜਾਓ ਹਰਮਨ ਪਹਿਲਵਾਨ ਜੀ ਆਲਮਗੀਰ ਰਾਜੀ ਭੱਜ ਕੇ ਵਜਾਓ ਹੱਥ ਜੋੜੀਆਂ ਕਰਵਾ ਦਈਏ ਸਾਡੇ ਕੋਲ ਵਸਤ ਹੈ ਨਹੀਂ ਤੇ ਮੈਂ ਬੇਨਤੀ ਕਰਾਂ ਭੋਲਾ ਕਾਸ਼ਨੀ ਕਾਲਾ ਤਰੇਤਾ ਭੱਜ ਕੇ ਵਜਾਵੇ ਤੇ ਤਾਲਬ ਪਹਿਲਵਾਨ ਜੀ ਬਾਬਾ ਫਲਾਈ ਤਾਲਬ ਪਹਿਲਵਾਨ ਜੀ ਬਾਬਾ ਫਲਾਈ ਭੱਜ ਕੇ ਵਜਾਓ ਹਾਂਜੀ ਹਾਂਜੀ ਠੀਕ ਹੈ ਜੀ ਤਿਆਰ ਹੋ ਤਿਆਰ ਹੋਇਓ ਤਿਆਰ ਦੇ ਤਿਆਰੇ ਮਾਲ ਮੇਰੇ ਆਲਮਗੀਰ ਅੱਜ ਕਰ ਕਰੇ ਹੈਪੀ ਚੱਕ ਲਾਲ ਆ ਗਿਆ ਹਾਂਜੀ ਬਈ ਬੱਲਾ ਆਲਮਗੀਰ ਆਓ ਭੱਜ ਕੇ ਵਿੱਚ ਬੇਨਤੀ ਕਰਦਾ 21,000 ਦੀ ਕੁਸ਼ਤੀ ਚੱਲਦੀ ਸਾਬੀ ਪਹਿਲਵਾਨ ਜੀ ਮਾਲੋ ਬਜ਼ਾਰਾ ਉੱਪਰਲੇ ਪਾਸੇ ਹੈ ਗੁਆਂਢੀ ਪਿੰਡ ਆ ਮਾਲੋ ਦਾ ਦੂਸਰੇ ਪਾਸੇ ਸਾਹਮਣੇ ਦੇਖਾਂਗੇ ਰਾਜਵੀਰ ਪੀਏਬੀ ਇਸ ਵੇਲੇ ਜਲੰਧਰ ਵਾਲਾ ਥਰਡੇ ਪਾਸੇ ਕੁਸ਼ਤੀ ਦਾ ਯੁੱਧ ਚੱਲਦਾ ਹੈ ਲਾਲਦੀ ਲਾੜੀ ਨਾਗ ਤੇ ਸਿਮਰਨ ਮਗਾਦਪੁਰ ਦੇ ਹਾਲੀ ਰੱਖਿਓ ਬਾਬਾ ਫਲਾਈ ਦਾ ਗੁਰਨਾਮ ਤੇ ਨਾ ਭੀਮ ਪਹਿਲਵਾਨ ਜੀ ਧਰੇਤਾ 11,000 ਦੀ ਕੁਸ਼ਤੀ ਹੈ ਦੋਨੇ ਵੱਲਾਂ ਨੂੰ ਬੇਨਤੀ ਹੈ ਤਿਆਰੀ ਕਰਕੇ ਰੱਖਿਓ ਉਸ ਤੋਂ ਬਾਅਦ ਅਮਰਾ ਪਹਿਲਵਾਨ ਜੀ ਬਾਲਵਾਲ ਫਿਰ ਜਾਗ ਲੜੀਆਂ 25,000 ਦੀ ਕੁਸ਼ਤੀ ਮਾਲ ਤਿਆਰ ਹਨ ਸਹਿਬਾਜ ਆਲਮਗੀਰ ਤੇ ਸੂਜਲ ਫੁਗਵਾਲਾ 21,000 ਦੀ